ਆਪਣਾ ਧਿਆਨ ਪਾਉਂਟਾ ਸਾਹਿਬ ਜੀ ਦੀ ਧਰਤੀ ਤੇ ਲਿਜਾ ਕੇ ਇਹ ਸੋਚੀਏ ਕਿ ਕਲਗੀਆਂ ਵਾਲਾ ਆਪਣੇ ਕਵੀਆਂ ਨੂੰ ਪਿਆਰ ਕਰ ਰਿਹਾ ਹੈ, ਆਪਣੇ ਕਵੀਸ਼ਰਾਂ ਨੂੰ ਪਿਆਰ ਕਰ ਰਿਹਾ ਹੈ, ਅਤੇ ਉਸੇ ਹੀ ਪਿਆਰ ਦੇ ਵਿੱਚੋਂ ਜੋ ਵਿਚਾਰ ਉਪਜੇ ਅਤੇ ਜੋ ਗੱਲਾਂ ਬਾਤਾਂ ਗੁਰੂ ਮਾਰਗ ਨੇ ਸੋਚੀ ਬਖਸ਼ੀ ਉਹ ਲੈ ਕੇ ਭਾਈ ਸਾਹਿਬ ਭਾਈ ਸੁਲੱਖਣ ਸਿੰਘ ਜੀ ਲਰਿਆੜ ਸੰਘ ਦੇ ਸਨਮੁਖ ਹੋ ਰਹੇ ਹਨ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਦੇ ਮਹਾਂਵਾਕ ਅਨੁਸਾਰ ਸਤਿਗੁਰ ਜੀ ਦਾ ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ ਕਰੀਬ ਆਪਾਂ 11 ਵਜੇ ਦੇ ਨਾਲ ਸਮਾਪਤੀ ਕਰਦੇ ਹਾਂ। ਉਸਦੇ ਇਰਦ ਗਿਰਦ ਦੀ ਵੀਰ ਜੀ ਇਸ ਨੂੰ ਸੰਪੂਰਨ ਕਰਨ ਦਾ ਯਤਨ ਕਰਨਗੇ। ਫਤਿਹ ਦੀ ਸਾਂਸ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲਾਈਏ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਭਾਗਾਂ ਵਾਲੇ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਚੌਂਕੜੇ ਮਾਰ ਕੇ ਬੈਠੇ ਹੋ। ਇਹਨੂੰ ਕਹਿੰਦੇ ਆ ਸਤ ਸੰਗਤ, ਤੇ ਬਾਣੀ ਦਾ ਫੈਸਲਾ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਧਰਿਆ। ਭਾਈ ਗੁਰਦਾਸ ਜੀ ਗੁਰੂ ਸਾਹਿਬਾਨਾਂ ਦੇ ਵੇਲੇ ਦੋ ਹੋਏ, ਇੱਕ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਵਕਤ ਹੋਏ, ਜਿਹਨਾਂ ਦੀ ਪੰਕਤੀ ਹਰ ਸਿੱਖ ਦੀ ਜ਼ਬਾਨ ਉੱਤੇ ਹੈ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਦੇ। ਮੈਂ ਪਹਿਲੇ ਭਾਈ ਗੁਰਦਾਸ ਜੀ ਦੀ ਗੱਲ ਕਰਨ ਲੱਗਾ, ਜਿਹਨਾਂ ਕੋਲੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਲਿਖਵਾਉਣ ਦੀ ਡਿਊਟੀ ਲਈ। ਗੁਰਬਾਣੀ ਦਾ ਫੈਸਲਾ ਮੇਰੇ ਬਾਦੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਪਹਿਲੇ ਭਾਈ ਗੁਰਦਾਸ ਜੀ ਕੀ ਕਹਿੰਦੇ? ਉਹ ਕਹਿੰਦੇ ਸਿੱਖਾ, ਸੰਸਾਰ ਵਿੱਚ ਮਾੜਾ ਵੀ ਬਹੁਤ ਕੁਝ ਹੈ, ਇਹ ਸੰਸਾਰ ਵਿੱਚ ਚੰਗਾ ਵੀ ਬਹੁਤ ਕੁਝ ਹੈ, ਤੂੰ ਮਾੜੇ ਵੱਲ ਪਿੱਠ ਕਰ ਲਈ ਤੇ ਚੰਗੀ ਗੱਲ ਦਾ ਹਰ ਵੇਲੇ ਗਾਹਕ ਰਹੀ। ਭਾਈ ਗੁਰਦਾਸ ਜੀ ਕਹਿੰਦੇ ਕਵਨ ਦਸਾ ਕੀ ਪਵਨ ਗਵਨ ਕੈ ਵਰਖਾ ਹੈ, ਕਵਨ ਦਸਾ ਕੀ ਪਵਨ ਬਾਦਰ ਬਿਲਾਪ ਹੈ, ਕਾਹੂ ਜਲ ਪਾਨ ਪੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੇ ਬਿਰਥਾ ਬਿਲਾਪ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਲ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਾਵਰ ਦਰਾਪ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਜਮਪੁਰ ਲੈਜਾਤ। ਭਾਈ ਗੁਰਦਾਸ ਜੀ ਪਹਿਲਾਂ ਗੱਲ ਕਰਦੇ ਆ ਹਵਾ ਦੀ, ਉਹ ਕਹਿੰਦੇ ਚੰਗੀ ਹਵਾ ਵਗੀ ਹਿੰਦੁਸਤਾਨ ਦੀ ਧਰਤੀ ਤੇ। ਪੰਜਾਬ ਵਿੱਚ ਜਦੋਂ ਪੁਰੇ ਦੀ ਹਵਾ ਵਗਦਾ ਨਾ, ਜ਼ਿਮੀਦਾਰ ਤੇ ਆਮ ਲੋਕ ਗੱਲਾਂ ਕਰਦੇ, ਹੁਣ ਪੁਰੇ ਦੀ ਹਵਾ ਵਗਦੀ ਹੈ, ਕੱਲ ਤੱਕ ਬੱਦਲ ਆ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਚੰਗੀ ਹਵਾ ਵਗੀ, ਮੰਨ ਲਓ ਪੁਰੇ ਦੀ ਹਵਾ ਵਗੀ, ਲੋਕਾਂ ਨੂੰ ਉਮੀਦਾਂ ਵੱਧ ਗਈਆਂ, ਬੱਦਲ ਛਾ ਗਏ, ਐਨ ਉਸ ਵੇਲੇ ਇੱਕ ਭੈੜੀ ਹਵਾ ਚੱਲ ਪਈ, ਉਹ ਛਾਏ ਹੋਏ ਬੱਦਲਾਂ ਨੂੰ ਉਡਾ ਕੇ ਲੈ ਗਏ। ਜਦੋਂ ਵੀ ਹਵਾ ਦੱਖਣ ਦੀ ਚੱਲ ਪਏ, ਉਹ ਛਾਏ ਹੋਏ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ, ਲੋਕਾਂ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੰਦੀ। ਕਵਨ ਦਸਾ ਕੀ ਪਵਨ ਗਵਨ ਕਾ ਵਰਖਾ ਹੈ, ਕਵਨ ਦਸਾ ਕੀ ਪਵਨ ਬਾਦਰ ਬਿਲਾ। ਭਾਈ ਗੁਰਦਾਸ ਜੀ ਗੱਲ ਕਰਦੇ ਹੁਣ ਪਾਣੀ ਦੀ, ਉਹ ਕਹਿੰਦੇ ਕਾਹੂ ਜਲ ਪਾਨ ਪੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਨ ਵਿਆਪੇ ਬਿਰਥਾ ਬਿਲਾ। ਭਾਈ ਗੁਰਦਾਸ ਜੀ ਕਹਿੰਦੇ ਇੱਕ ਥਾਂ ਦਾ ਪਾਣੀ ਇੰਨਾ ਚੰਗਾ ਹੁੰਦਾ, ਕੋਈ ਬਿਮਾਰ ਮਨੁੱਖ ਉੱਥੋਂ ਪਾਣੀ ਜਾ ਕੇ ਪੀ ਲੇ, ਸਭ ਬਿਮਾਰੀਆਂ ਕੱਟੀਆਂ ਜਾਂਦੀਆਂ, ਤੰਦਰੁਸਤ ਹੋ ਕੇ ਘਰ ਨੂੰ ਆਉਂਦਾ। ਭਾਈ ਗੁਰਦਾਸ ਜੀ ਕਹਿੰਦੇ ਦੂਜੀ ਥਾਂ ਦਾ ਪਾਣੀ ਇੰਨਾ ਮਾੜਾ ਹੁੰਦਾ ਹੈ, ਇੱਕ ਤੰਦਰੁਸਤ ਬੰਦਾ ਉੱਥੋਂ ਪਾਣੀ ਪੀ ਲੇ ਤੇ ਛੱਤੀ ਬਿਮਾਰੀਆਂ ਲਵਾ ਕੇ ਘਰ ਨੂੰ ਤੁਰਿਆ।
ਕਾਹੂ ਗ੍ਰਹਿ ਦੀ ਅਗਨ ਪਾਕ ਸਾਲ ਸਿੱਧ ਕਰੇ। ਕਾਹੂ ਗ੍ਰਹਿ ਦੀ ਅਗਨ ਪਾਵਨ ਦਰਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹ ਅੱਗ ਜਿਹੜੀ ਕੜਾਹ ਪ੍ਰਸ਼ਾਦ ਥੱਲੇ ਬਣਦੀ ਹੈ, ਜਿਹੜੀ ਦੇਗਾ ਥੱਲੇ ਬਣਦੀ ਹੈ, ਜਿਹੜੀ ਉਹਨਾਂ ਲੋਹਾ ਥੱਲੇ ਬਣਦੀ ਜਿੱਥੇ ਗੁਰੂ ਕੀ ਸੰਗਤ ਵਾਸਤੇ ਫੁਲਕੇ ਤਿਆਰ ਹੁੰਦੇ ਹੈ, ਉਹ ਅੱਗ ਚੰਗੀ ਹੈ। ਪਾਕ ਸਾਲ ਰਸੋਈ ਨੂੰ ਕਹਿੰਦੇ। ਭਾਈ ਗੁਰਦਾਸ ਜੀ ਕਹਿੰਦੇ ਜਿਹੜੀ ਅੱਗ ਕਿਸੇ ਦਾ ਘਰ ਸਾੜ ਕੇ ਸਵਾਹ ਕਰਦੇ, ਕਿਸੇ ਦੀ ਫੈਕਟਰੀ ਸਾੜਦਾ ਹੈ, ਕਿਸੇ ਦੀ ਫਸਲ ਸਾੜਦਾ ਹੈ, ਉਹ ਅੱਗ ਮਾੜੀ ਹੈ। ਅਖੀਰ ਉੱਤੇ ਭਾਈ ਗੁਰਦਾਸ ਜੀ ਸਿੱਧੇ ਦੀ ਗੱਲ ਸਾਨੂੰ ਸਮਝਾਉਣ ਵਾਸਤੇ ਦੱਸਦੇ, ਉਹ ਕਹਿੰਦੇ ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਜੰਮਪੁਰ ਲੈਜਾਤ ਹੈ। ਉਹ ਲੋਕ ਜਿਹੜੇ ਇਸ ਵੇਲੇ ਪੱਪਾਂ ਵਿੱਚ ਨੱਚਦੇ, ਜੂਏ ਖਾਨਿਆਂ 'ਚ ਜਾਂਦੇ ਹੈ, ਸ਼ਰਾਬਾਂ ਪੀਂਦੇ ਹੈ, ਜੂਏ ਖੇਡਦੇ ਹੈ, ਉਹ ਆਪਣੇ ਜੀਵਨ ਨੂੰ ਭ੍ਰਸ਼ਟ ਕਰਦੇ ਹੈ। ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਚੌਂਕੜੇ ਮਾਰ ਕੇ ਗੁਰਬਾਣੀ ਦਾ ਕੀਰਤਨ ਸੁਣਦੇ ਹੈ, ਗੁਰਬਾਣੀ ਦੀ ਪਾਵਨ ਵਿਚਾਰ ਸੁਣਦੇ ਹੈ, ਇਤਿਹਾਸ ਸੁਣਦੇ ਹੋ, ਲੋਕ ਭਾਗਾਂ ਵਾਲੇ ਹੁੰਦੇ, ਤੁਸੀਂ ਭਾਗਾਂ ਵਾਲੇ ਹੋ ਤੇ ਚੰਗੀ ਥਾਂ ਉੱਤੇ ਬੈਠੇ। ਮੇਰੇ ਬਾਅਦ ਉਹਦੀ ਸਤ ਸੰਗਤ ਮਿਲੇ ਸੋ ਤਰਿਆ। ਹਰ ਪਰਿਵਾਰ ਕੋਲੋਂ ਆਪਣੇ ਬੱਚੇ ਸਾਂਭੇ ਨਹੀਂ ਜਾਂਦੇ, ਹਰ ਕੌਮ ਆਪਣੇ ਬੱਚਿਆਂ ਨੂੰ ਨਹੀਂ ਸਾਂਭਦੀ, ਹਰ ਦੇਸ਼ ਆਪਣੇ ਬੱਚਿਆਂ ਨੂੰ ਨਹੀਂ ਸਾਂਭਦਾ। ਚੰਗਾ ਦੇਸ਼ ਉਹ ਹੁੰਦਾ ਜਿਹੜਾ ਆਪਣੇ ਬੱਚਿਆਂ ਨੂੰ ਸਾਂਭ ਲੈ, ਚੰਗੀ ਕੌਮ ਉਹ ਹੁੰਦੀ ਜਿਹੜੀ ਆਪਣੇ ਬੱਚਿਆਂ ਨੂੰ ਸਾਂਭ ਲੈ, ਚੰਗਾ ਪਰਿਵਾਰ ਉਹ ਹੁੰਦਾ ਜਿਹੜਾ ਆਪਣੇ ਬੱਚਿਆਂ ਨੂੰ ਸੰਭਾਲ ਲਏ। ਕੌਮ ਦੇ ਬੱਚਿਆਂ ਨੂੰ ਸਾਂਭਣ ਦਾ ਤੁਸੀਂ ਉਪਰਾਲਾ ਕੀਤਾ, ਉਹਨਾਂ ਨੂੰ ਗੁਰੂ ਬਾਣੀ ਨਾਲ, ਉਹਨਾਂ ਨੂੰ ਗੁਰੂ ਮਤ ਨਾਲ ਜੋੜ ਰਹੇ ਹੋ, ਔਰ ਉਹਨਾਂ ਬੱਚਿਆਂ ਦਾ ਹੌਸਲਾ ਵਧਾਉਣ ਲਈ ਸਾਲਾਨਾ ਜੋੜ ਮੇਲਾ ਬਣਾ ਕੇ ਗੁਰਮੁਖ ਸਮਾਗਮ ਉਹਨਾਂ ਨੂੰ ਇਨਾਮ ਦਿੰਦੇ ਹੋ, ਉਹਨਾਂ ਨੂੰ ਸ਼ਾਬਾਸ਼ ਦਿੰਦੇ ਹੋ। ਮੈਂ ਸਾਰੇ ਨਗਰ ਨੂੰ, ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ। ਵਕਤ ਬੜਾ ਕੀਮਤੀ ਹੈ, ਜੋ ਮਜ਼ਮੂਨ ਮੇਰੇ ਹਿੱਸੇ ਆਇਆ ਉਹਨੂੰ ਮੈਂ ਸ਼ੁਰੂ ਕਰਕੇ ਨੇਪਰੇ ਚਾੜਨਾ ਚਾਹੁੰਦਾ। ਸਿੱਖੀ ਦਾ ਗੁਰਦੁਆਰਿਆਂ ਨਾਲ ਬੜਾ ਸੰਬੰਧ ਗੂੜਾ ਹੈ। ਗੁਰਦੁਆਰਿਆਂ ਵਿੱਚੋਂ ਸਿੱਖ ਨੂੰ ਗੁਰਮਤ ਮਿਲਦੀ ਹੈ, ਗੁਰਦੁਆਰੇ ਗੁਰਮਤ ਦੇ ਸੋਮੇ। ਹਰ ਗੁਰਦੁਆਰੇ ਵਿੱਚ ਨਿਸ਼ਾਨ ਸਾਹਿਬ ਤੁਲਦਾ। ਨਿਸ਼ਾਨ ਸਾਹਿਬ ਦਾ ਇੱਕ ਐਲਾਨ ਹੈ ਕਿ ਜਿਸ ਵੀ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਦਾ ਪ੍ਰਬੰਧ, ਕਿਸੇ ਬੰਦੇ ਦਾ ਵੀ ਪ੍ਰਬੰਧ ਸਰਕਾਰ ਨਾ ਕਰ ਸਕੀ ਹੋਵੇ, ਪਰਿਵਾਰ ਨਾ ਕਰ ਸਕਿਆ ਹੋਵੇ, ਪਿੰਡ ਨਾ ਕਰ ਸਕਿਆ ਹੋਵੇ, ਸਮਾਜ ਨਾ ਕਰ ਸਕਿਆ ਹੋਵੇ, ਇਸ ਝੂਲ ਦੇ ਨਿਸ਼ਾਨ ਕੋਲ ਆਵੇ, ਇੱਥੇ ਗੁਰੂ ਕਾ ਲੰਗਰ ਵਰਤਦਾ ਤੇ ਬਿਨਾਂ ਵਿਤਕਰੇ ਵਰਤਾਇਆ ਜਾਂਦਾ। 18ਵੀਂ ਸਦੀ ਵਿੱਚ ਐਸਾ ਸਮਾਂ ਆਇਆ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ, ਸਰਕਾਰ ਚੁਣ ਚੁਣ ਕੇ ਸਿੰਘਾਂ ਨੂੰ ਸ਼ਹੀਦ ਕਰ ਰਹੀ ਸੀ। ਇੱਕ ਵਕਤ ਐਸਾ ਆਇਆ ਜਦੋਂ ਪੰਜਾਬ ਦੀ ਧਰਤੀ ਤੋਂ ਸਿੰਘਾਂ ਨੂੰ ਪਾਸਾ ਕਰਨਾ ਪਿਆ। ਉਸ ਵੇਲੇ ਉਦਾਸੀਆਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ। ਬਹੁਤ ਲੰਮੇ ਘੋਲ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਨੌ ਜਗੀਰਾਂ ਲਾ ਦਿੱਤੀਆਂ, ਪਰ ਗੁਰਦੁਆਰਿਆਂ ਦੀ ਅੰਦਰਲੀ ਮਾਣ ਮਰਜ਼ਾਦਾ ਵੱਲ ਬਹੁਤਾ ਧਿਆਨ ਨਾ ਦੇ ਸਕਿਆ। ਇੱਥੋਂ ਤੱਕ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪ੍ਰਕਰਮਾਂ ਵਿੱਚ ਜੋਤਸੀ ਬੈਠੇ ਹੋਇਆ ਕਰਦੇ ਸਨ, ਉਹ ਲੋਕਾਂ ਨੂੰ ਪੁੱਛਣਾ ਦਿਆ ਕਰਦੇ ਸਨ, ਉੱਥੇ ਮੂਰਤੀਆਂ ਲਿਆ ਕੇ ਰੱਖ ਦਿੱਤੀਆਂ ਗਈਆਂ ਸਨ ਤੇ ਉਹਨਾਂ ਦੀ ਪੂਜਾ ਹੁੰਦੀ ਸੀ। ਵਕਤ ਲੰਘਦਾ ਗਿਆ,
ਦੇਸ਼ ਉੱਤੇ ਫਿਰ ਅੰਗਰੇਜ਼ ਕਾਬਜ਼ ਹੋਇਆ, ਗੁਰਦੁਆਰਿਆਂ ਉੱਤੇ ਮਹੰਤ ਕਾਬਜ਼ ਰਹੇ, ਮਹੰਤਾਂ ਦੀ ਪਿੱਠ ਉੱਤੇ ਸਰਕਾਰ ਖੜੀ ਹੋਈ। ਕਿਸੇ ਵੀ ਸਰਕਾਰ ਦੀ ਕਿਸਮਤ ਜਦੋਂ ਬਾੜੀ ਹੋਵੇ ਉਹ ਕਿਸੇ ਦੇ ਧਰਮ ਵਿੱਚ ਦਖਲ ਅੰਦਾਜ਼ੀ ਕਰਦੀ। ਅੰਗਰੇਜ਼ ਸਰਕਾਰ ਨੇ ਸਿੱਖ ਧਰਮ ਵਿੱਚ ਦਖਲ ਅੰਦਾਜ਼ੀ ਇਵੇਂ ਕਰਨੀ ਸ਼ੁਰੂ ਕੀਤੀ, ਕਲਕੱਤੇ ਤੋਂ ਰਾਜਧਾਨੀ ਬਦਲ ਕੇ ਅੰਗਰੇਜ਼ ਸਰਕਾਰ ਨੇ ਰਾਜਧਾਨੀ ਦਿੱਲੀ ਵਿੱਚ ਲੈ ਆਂਦੀ। ਅੰਗਰੇਜ਼ ਵਾਇਸਰਾਏ ਦਾ ਮਹਿਲ ਉਸਰਨਾ ਸ਼ੁਰੂ ਹੋਇਆ। ਅੰਗਰੇਜ਼ ਵਾਇਸਰਾਏ ਦੇ ਮਹਿਲ ਦੀ ਕੰਧ ਸਿੱਧੀ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ, ਉਹਦੀ ਕੰਧ ਢਾ ਕੇ ਅੰਗਰੇਜ਼ ਵਾਇਸਰਾਏ ਦੇ ਮਹਿਲ ਦੀ ਕੰਧ ਸਿੱਧੀ ਕੀਤੀ ਗਈ। ਕੌਮ ਦਾ ਖੂਨ ਉਬਾਲਾ ਖਾ ਗਿਆ। ਕੌਮ ਨੇ ਉਹਨਾਂ ਚਿਰ ਚੈਨ ਨਾ ਲਿਆ ਜਿੰਨਾ ਚਿਰ ਅੰਗਰੇਜ਼ ਵਾਇਸਰਾਏ ਦੇ ਮਹਿਲ ਦੀ ਕੰਧ ਢਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਗੁਰਦੁਆਰੇ ਰਕਾਬਗੰਜ ਦੀ ਕੰਧ ਸਿੱਧੀ ਨਾ ਕਰ ਲਈ। ਕੌਮ ਨੇ ਬੈਠ ਕੇ ਫੈਸਲਾ ਕੀਤਾ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਾਏ ਜਾਣਗੇ। ਮਹੰਤ ਇੰਨੇ ਵੱਧ ਖਿਲਾਫ ਹੋਏ ਸਨ, ਇੱਕ ਸਿੰਧੀ ਅਫਸਰ ਰਿਟਾਇਰਮੈਂਟ ਲੈਣ ਤੋਂ ਬਾਅਦ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਨਨਕਾਣਾ ਸਾਹਿਬ ਦਰਸ਼ਨ ਕਰਨ ਵਾਸਤੇ ਆਇਆ, ਮੱਥਾ ਟੇਕਣ ਵਾਸਤੇ ਆਇਆ। ਸ਼ਾਮ ਦਾ ਵਕਤ ਸੀ, ਉਹ ਸਿੰਧੀ ਅਫਸਰ ਨੇ ਮਹੰਤ ਨਰੈਣੋ ਦੇ ਬੰਦਿਆਂ ਕੋਲੋਂ ਕਮਰਾ ਲਿਆ। ਹਨੇਰਾ ਹੋ ਰਿਹਾ ਸੀ, ਉਸ ਕਮਰੇ ਵਿੱਚ ਦੀਵਾ ਪਿਆ, ਉਹਦੇ ਵਿੱਚ ਬੱਤੀ ਨਹੀਂ, ਦੀਵੇ ਵਿੱਚ ਤੇਲ ਨਹੀਂ। ਮਹੰਤ ਨਰੈਣੋ ਦੇ ਗੁੰਡਿਆਂ ਨੇ ਉਸ ਸਿੰਧੀ ਅਫਸਰ ਨੂੰ ਆਖਿਆ, ਆਫੀਸਰ ਸਾਹਿਬ ਆਪਣੀ ਬੱਤੀ ਸਾਡੇ ਨਾਲ ਭੇਜ ਦਿਓ, ਅਸੀਂ ਇਹਨੂੰ ਤੇਲ ਦੇ ਕੇ ਇਹਨੂੰ ਬੱਤੀ ਦੇ ਕੇ ਭੇਜਦੇ। ਬਹੁਤ ਸਾਰੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ੂਰੀ ਚ ਕੋਲ ਖਲੋ ਕੇ ਕਰਨੀਆਂ ਪੈਂਦੀਆਂ ਨੇ। ਮਹੰਤ ਨਰੈਣੂ ਨੇ ਤੇ ਉਹਦੇ ਗੁੰਡਿਆਂ ਨੇ ਸਿੰਧੀ ਅਫਸਰ ਦੀ 14 ਸਾਲ ਦੀ ਬੱਚੀ ਦੀ ਪੱਤ ਲੁੱਟ ਲਈ। ਦੁਹਾਈ ਮੱਚ ਗਈ ਸੰਸਾਰ ਵਿੱਚ। ਉਹ ਜਿਹੜੇ ਲੋਕਾਂ ਦੀਆਂ ਇੱਜ਼ਤਾਂ ਬਚਾਉਂਦੇ ਸਨ, ਅਬਦਾਲੀ ਦੇ ਪੰਦੇ ਵਿੱਚੋਂ 20-20 ਹਜ਼ਾਰ ਕੰਨਿਆਂ ਛੁਡਵਾ ਕੇ ਘਰਾਂ ਵਿੱਚ ਭੇਜਦੇ ਸਨ, ਉਹਨਾਂ ਦੇ ਗੁਰਦੁਆਰਿਆਂ ਵਿੱਚ ਮਹੰਤ ਲੋਕਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਂਦੇ। ਕੌਮ ਨੇ ਹਲਫ ਲਿਆ ਗੁਰਦੁਆਰੇ ਮਹੰਤਾਂ ਕੋਲੋਂ ਆਜ਼ਾਦ ਕਰਾਏ ਜਾਣਗੇ ਤੇ ਮੋਰਚਾ ਸ਼ਾਂਤਮਈ ਚੱਲੇਗਾ। ਸਭ ਤੋਂ ਪਹਿਲਾਂ ਤਰਨ ਤਾਰਨ ਸਾਹਿਬ ਦਾ ਸਾਕਾ ਹੋਇਆ। ਬਾਬਾ ਹਜ਼ਾਰਾ ਸਿੰਘ ਦੀਨਪੁਰ ਵਾਲਾ ਉੱਥੇ ਸ਼ਹਾਦਤ ਦਾ ਜਾਮ ਪੀ ਗਿਆ। ਉਸ ਤੋਂ ਬਾਅਦ ਨਨਕਾਣਾ ਸਾਹਿਬ ਦਾ ਸਾਕਾ, ਉਸ ਤੋਂ ਬਾਅਦ ਚਾਬੀਆਂ ਦਾ ਮੋਰਚਾ, ਉਸ ਤੋਂ ਬਾਅਦ ਕਈ ਤਰ੍ਹਾਂ ਦੇ ਹੋਰ ਮੋਰਚੇ ਗੁਰਦੁਆਰਾ ਸਤਾਰ ਲਹਿਰ ਨੇ ਆਰੰਭ ਕੀਤੇ। ਅੱਜ ਮੱਸਿਆ ਦਾ ਦੀਵਾਨ ਸਜਾ ਕੇ ਗੁਰੂ ਕੇ ਬਾਗ ਵਿੱਚ ਗੁਰੂ ਕੇ ਖਾਲਸੇ ਪੰਥ ਵਿਚਾਰਾ ਕਰ ਰਹੇ ਸਨ। ਅੰਗਰੇਜ਼ ਅਫਸਰ ਬੀਟੀ ਕੋਲ ਸਵਾਰ ਪੁਲਿਸ ਨੂੰ ਲੈ ਕੇ ਆਉਂਦਾ, ਸਾਰੇ ਪੰਡਾਲ ਨੂੰ ਚਫੇਰੇ ਬਣ ਕੇ ਘੇਰਾ ਪਾ ਲੈਂਦਾ। ਅੰਗਰੇਜ਼ ਅਫਸਰ ਬੀਟੀ ਘੋੜੇ ਦੀਆਂ ਰਕਾਬਾਂ ਉੱਤੇ ਭਾਰ ਪਾ ਕੇ ਵਾਗਾ ਖਿੱਚ ਕੇ ਰਕਾਬਾਂ ਤੇ ਖਲੋ ਕੇ ਕੜਕ ਕੇ ਕਹਿੰਦਾ, ਕਹਿੰਦਾ ਇਹਨਾਂ ਸਿੱਖਾਂ ਦੇ ਹੱਥ ਡਾਂਗਾ ਮਾਰ ਮਾਰ ਕੇ ਤੋੜ ਦਿਓ। ਅੰਗਰੇਜ਼ ਅਫਸਰ ਬੀਟੀ ਦਾ ਹੁਕਮ ਪਾ ਕੇ ਅੰਗਰੇਜ਼ ਪੁਲਿਸ ਦੇ ਬੰਦਿਆਂ ਨੇ ਸੰਮਾਂ ਵਾਲੀਆਂ ਡਾਂਗਾ ਅਕਾਲੀਆਂ ਉੱਤੇ ਸਿੱਖਾਂ ਉੱਤੇ ਵਰਾਉਣੀਆਂ ਸ਼ੁਰੂ ਕੀਤੀਆਂ। ਗੁਰੂ ਕਾ ਖਾਲਸਾ ਡਾਂਗਾ ਦੀ ਮਾਰ ਖਾ ਕੇ ਗੁਰੂ ਕੇ ਬਾਗ ਵਿੱਚ ਲੇਟਿਆ ਸੀ। ਅੰਗਰੇਜ਼ ਅਫਸਰ ਬੀਟੀ ਦਾ ਮਨ ਅਜੇ ਨਹੀਂ ਲੱਗਿਆ, ਉਹਨੇ ਦੂਸਰਾ ਐਲਾਨ ਕੀਤਾ
ਕਹਿੰਦਾ ਜਿੰਨਾ ਚਿਰ ਅੰਗਰੇਜ਼ ਪੁਲਿਸ ਦੇ ਘੋੜੇ ਇਹਨਾਂ ਅਕਾਲੀਆਂ ਦੀਆਂ ਛਾਤੀਆਂ ਉੱਤੇ ਚੜ ਕੇ ਨਹੀਂ ਨੱਚਦੇ, ਅੰਗਰੇਜ਼ ਸਰਕਾਰ ਦੇ ਸੀਨੇ ਠੰਡ ਨਹੀਂ ਪੈ ਸਕੇਗੀ। ਅੰਗਰੇਜ਼ ਪੁਲਿਸ ਦੇ ਘੋੜੇ ਸਿੱਖਾਂ ਦੀਆਂ ਛਾਤੀਆਂ ਉੱਤੇ ਚੜ ਕੇ ਨੱਚੇ, ਅੰਗਰੇਜ਼ ਪੁਲਿਸ ਦੇ ਘੋੜਿਆਂ ਦੀਆਂ ਟਾਪਾਂ ਨੇ ਸਿੱਖਾਂ ਦੀਆਂ ਛਾਤੀਆਂ ਤਰੜ ਦਿੱਤੀਆਂ। ਗੁਰੂ ਕਾ ਬਾਗ, ਗੁਰੂ ਕੇ ਬਾਗ ਦੀ ਧਰਤੀ ਸਿੱਖਾਂ ਦੇ ਪਵਿੱਤਰ ਲਹੂ ਨਾਲ ਸਿੰਜੀ ਗਈ। ਇਹਨਾਂ ਫੱਟੜਾਂ ਨੂੰ ਚੁੱਕ ਚੁੱਕ ਕੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਕੀਤਾ ਗਿਆ। ਜਥੇ ਜਾਂਦੇ ਸਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡਾਂਗਾਂ ਨਾਲ ਹੱਡ ਚੂਰ ਕੀਤੇ ਜਾਂਦੇ ਸਨ ਸਿੱਖਾਂ ਦੇ। ਫੱਟੜ ਸਿੱਖਾਂ ਨੂੰ ਚੁੱਕ ਕੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਡੱਕਿਆ ਜਾਂਦਾ ਸੀ। ਇਤਿਹਾਸ ਕਹਿੰਦਾ ਕਿ ਨਾ ਇਹਨਾਂ ਫੱਟੜਾਂ ਦਾ ਮਰਮ ਪੱਟੀ ਕੀਤਾ ਜਾਂਦਾ, ਨਾ ਉਹਨਾਂ ਨੂੰ ਲੰਗਰ ਛਕਾਇਆ ਜਾਂਦਾ ਹੈ, ਜਲ ਵੀ ਬਹੁਤ ਘੱਟ ਛਕਣ ਵਾਸਤੇ ਦਿੱਤਾ ਜਾਂਦਾ। ਸਰਕਾਰਾਂ ਦੇਸ਼ ਵਿੱਚ ਵਸਣ ਵਾਲੇ ਲੋਕਾਂ ਉੱਤੇ ਦਹਿਸ਼ਤ ਪਾਉਣ ਲਈ ਕੁਝ ਲੋਕਾਂ ਨੂੰ ਪਕੜ ਕੇ ਉਹਨਾਂ ਉੱਤੇ ਇੰਨਾ ਤਸ਼ੱਦਦ ਕਰਦੀਆਂ ਨੇ, ਬਾਕੀ ਲੋਕਾਂ ਉੱਤੇ ਦਹਿਸ਼ਤ ਪਾਉਣ ਲਈ ਕਿ ਸਰਕਾਰਾਂ ਦੇ ਖਿਲਾਫ਼ ਕੋਈ ਬੋਲਣ ਦੀ ਮੁੜ ਕੇ ਜ਼ਰੂਰਤ ਨਾ ਕਰ। ਅੰਗਰੇਜ਼ ਸਰਕਾਰ ਨੇ ਪ੍ਰੋਗਰਾਮ ਬਣਾਇਆ ਇਹਨਾਂ ਫੱਟੜਾਂ ਨੂੰ ਇੱਕ ਗੱਡੀ ਵਿੱਚ ਸਵਾਰ ਕੀਤਾ ਜਾਏ। ਉਹ ਗੱਡੀ ਅੰਮ੍ਰਿਤਸਰ ਤੋਂ ਚੱਲੇ, ਅਟਕ ਜਾ ਕੇ ਰੁਕੇ। ਅਟਕ ਤੋਂ ਪਹਿਲਾਂ ਉਸ ਗੱਡੀ ਨੂੰ ਕਦੀ ਵੀ ਕਿਤੇ ਵੀ ਨਾ ਰੋਕਿਆ ਜਾਏ। ਅੰਗਰੇਜ਼ ਸਰਕਾਰ ਦਾ ਇਹ ਪ੍ਰੋਗਰਾਮ ਅੰਮ੍ਰਿਤਸਰ ਦੇ ਸਿੱਖਾਂ ਨੂੰ ਪਤਾ ਲੱਗਾ। ਉਹਨਾਂ ਇੱਕ ਸਿੱਖ ਨੂੰ ਅੰਮ੍ਰਿਤਸਰੋਂ ਗੱਡੀ 'ਚ ਸਵਾਰ ਕੀਤਾ। ਉਹ ਹਸਨ ਅਬਦਾਸ ਸਟੇਸ਼ਨ ਤੇ ਜਾ ਕੇ ਪਹੁੰਚਾ। ਇੱਕ ਮੀਲ ਦਾ ਸਫ਼ਰ ਕਰਕੇ ਗੁਰਦੁਆਰਾ ਪੰਜਾ ਸਾਹਿਬ ਵਿੱਚ ਪਹੁੰਚਾ। ਜਦੋਂ ਅੰਮ੍ਰਿਤਸਰ ਸਾਹਿਬ ਦਾ ਸਿੱਖ ਗੁਰਦੁਆਰਾ ਪੰਜਾ ਸਾਹਿਬ ਵਿੱਚ ਪਹੁੰਚਾ, ਅੰਮ੍ਰਿਤ ਵੇਲਾ ਸੀ, ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਮੈਨੇਜਰ ਪ੍ਰਤਾਪ ਸਿੰਘ ਚੌਂਕੜਾ ਮਾਰ ਕੇ ਰਾਜੀ ਸਿੰਘਾਂ ਕੋਲੋਂ ਆਸਾ ਦੀ ਵਾਰ ਦਾ ਕੀਰਤਨ ਸੁਣ ਰਿਹਾ ਸੀ। ਅੰਮ੍ਰਿਤਸਰ ਤੋਂ ਗਏ ਹੋਏ ਸਿੱਖ ਨੇ ਮੈਨੇਜਰ ਪ੍ਰਤਾਪ ਸਿੰਘ ਨੂੰ ਬਾਹਰ ਖੜ ਕੇ ਸਾਰੀ ਗੱਲ ਦੱਸ ਦਿੱਤੀ, ਗੁਰੂ ਕੇ ਬਾਗ ਦੇ ਮੋਰਚੇ ਦੀ ਸਾਰੀ ਮਿੱਥਿਆ ਦੱਸ ਦਿੱਤੀ। ਜਦੋਂ ਆਸਾ ਦੀ ਵਾਰ ਦੇ ਕੀਰਤਨ ਦਾ ਪਿਆ ਭੋਗ, ਬਾਬਾ ਜੀ ਨੇ ਲਿਆ ਮੁੱਖ ਵਾਕ, ਅਰਦਾਸਾ ਸੋਧਿਆ ਗਿਆ, ਮੈਨੇਜਰ ਪ੍ਰਤਾਪ ਸਿੰਘ ਆਣ ਕੇ ਸਟੇਜ ਤੇ ਖੜਾ ਹੋ ਗਿਆ। ਜਿਹੜੀਆਂ ਸੰਗਤਾਂ ਗੁਰਦੁਆਰਾ ਪੰਜਾ ਸਾਹਿਬ ਵਿੱਚ ਆਸਾ ਦੀ ਵਾਰ ਦਾ ਕੀਰਤਨ ਸੁਣਨ ਆਈਆਂ ਸਨ, ਉਹਨਾਂ ਦੇ ਸਾਹਮਣੇ ਖਲੋ ਕੇ ਮੈਨੇਜਰ ਪ੍ਰਤਾਪ ਸਿੰਘ ਨੇ ਗੁਰੂ ਕੇ ਬਾਗ ਦੇ ਮੋਰਚੇ ਦੀ ਸਾਰੀ ਮਿੱਥਿਆ ਐਉਂ ਰੱਖੀ। ਭੋਗ ਪਿਆਰ ਵਾਰ ਦਾ ਗਿਆਨੀ ਦੀ ਬੋਲੇ, ਜ਼ੁਲਮ ਗੁਰੂ ਕੇ ਬਾਗ ਦੇ ਸੰਗਤਾਂ ਵਿੱਚ ਫੋਲੇ। ਮਾਰੇ ਗੋਲਾ ਧਾਰ ਵੀ ਜਾਲਾਂ ਦੇ ਤਾਰੇ, ਪੱਕੇ ਜਾਰੇ ਅੜਕ ਨੂੰ ਆਜ਼ਾਦੀ ਦੇ ਲਾਰੇ। ਭੋਗ ਪਿਆਰ ਵਾਰ ਦਾ ਗਿਆਨੀ ਦੀ ਬੋਲੇ, ਜ਼ੁਲਮ ਗੁਰੂ ਕੇ ਬਾਗ ਦੇ ਸੰਗਤਾਂ ਵਿੱਚ ਫੋਲੇ। ਮਾਰੇ ਗੋਲਾ ਧਾਰ ਵੀ ਜਾਲਾਂ ਦੇ ਤਾਰੇ, ਬੱਕਲੇ ਗਾਰੇ ਅੜਕ ਨੂੰ ਆਜ਼ਾਦੀ ਦੇ ਲਾਰੇ। ਪਤਾ ਨੀ ਭੁੱਖੇ ਕਦੋਂ ਦੇ ਉਹਨਾਂ ਕੁਝ ਨੀ ਖਾਧਾ, ਰਾਜ ਨਸ਼ੇ ਵਿੱਚ ਕਰ ਰਿਹਾ ਗੋਰਾ ਨਿਤ ਵਾਧਾ। ਦੂਰ ਵਧਣ ਤੋਂ ਜੀਵੇ ਰਾਜ ਚਾਰ ਦਿਹਾੜੇ, ਬੱਦਲੇ ਗਾਰੇ ਅੜਕ ਨੂੰ ਆਜ਼ਾਦੀ ਦੇ ਲਾਰੇ। ਪਤਾ ਨਹੀਂ ਮੁੜ ਹੋਣਗੇ ਕਿ ਨਹੀਂ ਮਿਲੇ ਆ।
ਸਾਡੇ ਸਾਰੇ ਪੱਤੇ ਗਾਵੇ ਅੜਕ ਨੂੰ ਆਜ਼ਾਦੀ ਦੇ ਲਾੜੇ ਪਹਿਲਾਂ ਡਾਂਗਾ ਮਾਰ 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 ਸਾਡੇ ਗੋਡੇ ਤੋੜੇ ਫੇਰ ਦੜਾਏ ਛਾਤੀਆਂ ਦੇ ਉੱਪਰ ਘੋੜੇ ਸੁਖੀ ਚੁੱਪੇ ਵਸਦੇ ਬੇਗਿਣਤੀ ਉਜਾੜੇ ਪੱਤੇ ਗਾਰੇ ਅੜਕ ਨੂੰ ਆਜ਼ਾਦੀ ਦੇ ਲਾੜੇ ਤਖਤ ਦੇ ਰਿਹਾ ਧਰਮ ਵਿੱਚ ਪਾਪੀ ਹਥਿਆਰਾਂ ਕਾਰਾਂ ਤੱਕ ਕੇ ਤੜਫਦਾ ਦਿਲ ਬਣ ਕੇ ਪਾਰਾਂ ਭੂਤ ਜ਼ੁਲਮ ਰੇ ਗੱਭਰੂ ਫੜ ਫੜ ਕੇ ਦਾਰੇ ਪੱਤੇ ਗਾਰੇ ਅੜਕ ਨੂੰ ਆਜ਼ਾਦੀ ਦੇ ਲਾੜੇ ਹੋਰ ਕੀ ਬਹੁਤੇ ਅਤਕ ਦੀ ਜਰਨੈਲ ਲੜਾਕੇ ਗੱਲ ਸੁਣ ਕੇ ਸੰਗਤ ਵਿੱਚੋਂ ਆਵਾਜ਼ ਆਈ ਜਥੇਦਾਰ ਜੀ ਇਸ ਮੌਕੇ ਪੰਥ ਨੂੰ ਕੀ ਕਰਨਾ ਚਾਹੀਦਾ ਹੈ ਔਰ ਸਾਡੇ ਜੰਮੇ ਪੰਥ ਵੱਲੋਂ ਕੀ ਡਿਊਟੀ ਲਾਉਂਦੇ ਹੋ ਮੈਨੇਜਰ ਪ੍ਰਤਾਪ ਸਿੰਘ ਨੇ ਆਖਿਆ ਗੁਰੂ ਸਵਾਰੀ ਸਾਹਿਬ ਸੰਗਤ ਜੀਓ ਆਪਣੇ ਆਪਣੇ ਘਰਾਂ ਤੋਂ ਲੰਗਰ ਤਿਆਰ ਕਰਕੇ ਲਿਆਓ ਉਹ ਲੰਗਰ ਲੈ ਕੇ ਹਸਨ ਅਬਦਾਸ ਸਟੇਸ਼ਨ ਤੇ ਚੱਲੀ ਅੰਗਰੇਜ਼ ਦੀ ਉਸ ਗੱਡੀ ਨੂੰ ਰੋਕੀਏ ਜਿਹੜੀ ਆਜ਼ਾਦੀ ਦੇ ਪਰਵਾਨਿਆਂ ਨੂੰ ਲੈ ਕੇ ਅੜਕ ਦੀ ਜੇਲ੍ਹ ਵੱਲੇ ਜਾ ਰਹੀ ਹੈ ਮੈਨੇਜਰ ਪ੍ਰਤਾਪ ਸਿੰਘ ਦੀ ਗੱਲ ਸੁਣ ਕੇ ਮਾਈ ਭਾਈ ਆਪਣੇ ਘਰਾਂ ਨੂੰ ਗਏ ਨੇ ਮੇਰੀਆਂ ਭੈਣਾਂ ਨੇ ਗਊਆਂ ਤੇ ਮੱਝਾਂ ਚੋ ਕੇ ਦੁੱਧ ਦੀਆਂ ਬਾਲਟੀਆਂ ਭਰ ਕੇ ਤਿਆਰ ਕਰ ਲਈਆਂ ਆਪਣੇ ਫੱਕੜ ਵੀਰਾਂ ਦੀ ਸੇਵਾ ਕਰਨ ਵਾਸਤੇ ਭੈਣਾਂ ਨੇ ਦਾਲ ਤੇ ਫੁਲਕੇ ਤਿਆਰ ਕਰ ਲਏ ਆਪਣੇ ਵੀਰਾਂ ਦੀ ਸੇਵਾ ਕਰਨ ਵਾਸਤੇ ਅਮੀਰ ਸਿੱਖ ਦੁਕਾਨਾਂ ਉੱਤੇ ਗਏ ਉਹਨਾਂ ਮਠਿਆਈਆਂ ਖਰੀਦੀਆਂ ਨੇ ਉਹਨਾਂ ਫਲ ਖਰੀਦੇ ਨੇ ਸਾਢੇ 1200 ਮਾਈ ਭਾਈ ਦਾ ਜਥਾ ਗੁਰੂ ਕਾ ਲੰਗਰ ਲੈ ਕੇ ਮਠਿਆਈਆਂ ਲੈ ਕੇ ਫਲ ਲੈ ਕੇ ਗੁਰਦੁਆਰਾ ਪੰਜਾ ਸਾਹਿਬ ਵਿੱਚ ਆਣ ਜੁੜੇ ਗੁਰੂ ਕਾ ਪੰਥ ਜਿਹੜਾ ਗੁਰਦੁਆਰਿਆਂ ਦੀ ਆਜ਼ਾਦੀ ਲਈ ਲੜ ਰਿਹਾ ਹੈ ਅੱਜ ਇੱਕ ਟ੍ਰੇਨ ਨੂੰ ਰੋਕਣ ਵਾਸਤੇ ਚੱਲੇ ਅੰਗਰੇਜ਼ ਦੇ ਖੂਨੀ ਇੰਜਣ ਨੂੰ ਰੋਕਣ ਵਾਸਤੇ ਚੱਲਿਆ ਮੈਨੇਜਰ ਪ੍ਰਤਾਪ ਸਿੰਘ ਨੇ ਗਲ ਵਿੱਚ ਪੱਲਾ ਪਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਰੋ ਕੇ ਆਖਿਆ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਉਹ ਤੇਰਾ ਖਾਲਸਾ ਜਿਹਦੇ ਬਾਰੇ ਤੇਰਾ ਐਲਾਨ ਆ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਤ ਉਸ ਪੰਥ ਤੇ ਭੀੜ ਪਈ ਹੈ ਉਹ ਤੇਰਾ ਪੰਥ ਇੱਕ ਬਹੁਤ ਵੱਡੇ ਮਸਲੇ ਲਈ ਚੱਲਿਆ
ਆਪਣੇ ਪੰਥ ਨੂੰ ਜਿੱਤ ਬਖਸ਼ੀ। ਜਥੇਦਾਰ ਪ੍ਰਤਾਪ ਸਿੰਘ ਨੂੰ ਰੋਹ ਵਿੱਚ ਆਇਆ ਵੇਖ ਕੇ ਸਰਦਾਰ ਕਰਮ ਸਿੰਘ ਅੱਗੇ ਵਧਿਆ। ਉਹਨੇ ਉਚੇਚੇ ਤੌਰ ਤੇ ਸਾਹਮਣੇ ਖਲੋ ਕੇ ਆਖਿਆ, ਜਥੇਦਾਰ ਪ੍ਰਤਾਪ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਪ੍ਰਤਾਪ ਸਿੰਘ ਨੇ ਆਖਿਆ, ਸਰਦਾਰ ਕਰਮ ਸਿੰਘ, ਸਾਡੇ 1200 ਮਾਈ ਭਾਈ ਵਿੱਚੋਂ ਅੱਗੇ ਵੱਧ ਕੇ ਅਚੇਚੇ ਤੌਰ ਤੇ ਮੈਨੂੰ ਫਤਿਹ ਬੁਲਾਉਣ ਦਾ ਮਤਲਬ? ਜਥੇਦਾਰ ਕਰਮ ਸਿੰਘ ਨੇ ਆਖਿਆ, ਪ੍ਰਤਾਪ ਸਿੰਘ, ਤੇਰੇ ਜਿਸਮ ਵਿਚਲਾ, ਤੇਰੇ ਦਿਲ ਵਿਚਲਾ, ਤੇਰੀ ਸੋਚ ਵਿਚਲਾ, ਤੇਰੇ ਖੂਨ ਵਿਚਲਾ ਕੌਮੀ ਜਜ਼ਬਾ ਵੇਖ ਕੇ ਮੇਰਾ ਖੂਨ ਉਬਾਲਾ ਖਾ ਗਿਆ। ਮੇਰਾ ਫਤਿਹ ਬੁਲਾਉਣ ਦਾ ਮਤਲਬ, ਅੰਗਰੇਜ਼ ਦਾ ਖੂਨੀ ਇੰਜਣ ਰੋਕਣ ਲਈ ਜੇ ਸ਼ਹਾਦਤਾਂ ਹੋਈਆਂ, ਪਹਿਲੀ ਸ਼ਹਾਦਤ ਤੇਰੀ ਹੋਏਗੀ ਤੇ ਦੂਜਾ ਸਿਰ ਮੈਂ ਦਿਆਂ। ਏਦਾਂ ਦੇ ਜਥੇਦਾਰ ਚਾਹੀਦੇ ਆ ਕੌਮ ਨੂੰ, ਜੱਫੇ ਮਾਰਨੀ ਚਾਹੀਦੇ ਭਾਈ। ਜਦੋਂ ਕੋਈ ਕੌਮ ਉੱਤੇ ਭੀੜ ਪਏ, ਆਪਣੇ ਬੱਚੇ ਅਮਰੀਕਾ ਤੇ ਕੈਨੇਡਾ ਨੂੰ ਕੱਢ ਦਿਓ, ਜਦੋਂ ਕੌਮ ਸਾਰੀ ਮਰਦੇ ਫਿਰ ਆਣ ਕੇ ਕਬਜ਼ਾ ਕਰ ਲੈ। ਏਦਾਂ ਦੇ ਜਥੇਦਾਰ ਕੌਮ ਨੂੰ ਨਹੀਂ ਚਾਹੀਦੇ। ਜਥੇਦਾਰ ਪ੍ਰਤਾਪ ਸਿੰਘ, ਜਥੇਦਾਰ ਕਰਮ ਸਿੰਘ ਵਰਗੇ ਜਥੇਦਾਰ ਮੇਰੀ ਕੌਮ ਨੂੰ ਅੱਜ ਵੀ ਚਾਹੀਦੇ ਨੇ, ਤਾਂ ਕਿ ਕੌਮ ਦੀ ਵਿਗੜੀ ਹੋਈ ਸਾਰੀ ਜਾ ਸਕੇ। ਆਓ ਤੱਕੀਏ, ਸਾਡੇ 1200 ਮਾਈ ਪਾਈ ਸੋਧ ਕੇ ਅਰਦਾਸਾ ਲੈ ਕੇ ਗੁਰੂ ਕਾ ਲੰਗਰ ਪੰਜਾ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਹਸਨ ਅਬਦਾਸ ਸਟੇਸ਼ਨ ਤੱਕ ਕਿਵੇਂ ਪਹੁੰਚਦਾ ਮੇਰੇ ਸਾਥੀ ਇੰਜ ਬਿਆਨ ਕਰਦੇ। ਗੁਰੂ ਗ੍ਰੰਥ ਤੋਂ ਲੈ ਕੇ ਆਗਿਆ ਤੁਰ ਪਈ ਸੰਗਤ ਪਿਆਰੀ, ਉਜਲਤ ਤਾਰੇ ਗੁਰਮੁਖ ਸਾਰੇ ਬਣਦੇ ਪ੍ਰੇਮ ਪੁਜਾਰੀ। ਧੰਨ ਸ਼੍ਰੀ ਗੁਰੂ ਨਾਨਕ ਪਿਆਰਾ ਚਰੀਵ ਸੁਣੇ ਮਿਲੇ, ਨਾਮਰ ਮਿਲ ਵਿੱਚ ਰੰਗੇ ਨਾਰੇ ਗੁਰੂ ਨਾਨਕ ਦੇ ਚੇਲੇ। ਗੁਰੂ ਗ੍ਰੰਥ ਤੋਂ ਲੈ ਕੇ ਆਗਿਆ ਤੁਰ ਪਈ ਸੰਗਤ ਪਿਆਰੀ, ਉਜਲਤ ਤਾਰੇ ਗੁਰਮੁਖ ਸਾਰੇ ਬਣਦੇ ਪ੍ਰੇਮ ਪੁਜਾਰੀ। ਧੰਨ ਸ਼੍ਰੀ ਗੁਰੂ ਨਾਨਕ ਪਿਆਰਾ ਚਰੀਵ ਸੁਣੇ ਮਿਲੇ, ਨਾਮਰ ਮਿਲ ਵਿੱਚ ਰੰਗੇ ਨਾਰੇ ਗੁਰੂ ਨਾਨਕ ਦੇ ਚੇਲੇ। ਕਿਸੇ ਨੇ ਸਿਰ ਤੇ ਗਾਗਰ ਚੁੱਕੀ, ਕਿਸੇ ਨੇ ਫੜੇ ਗਲਾਸੇ, ਟੁੱਟੀ ਗੰਧਣ ਹਾਰ ਬਾਲਾ ਕਾਰਜ ਕਰ ਦਿਓ ਰਾਸੇ। ਸੀਸ ਤਰੀ ਤਰ ਗੜੀ ਯਾਰ ਦੀ ਅੱਜ ਪਿਆਰੇ ਖੇਲੇ, ਨਾਮਰ ਮਿਲ ਵਿੱਚ ਰੰਗੇ ਨਾਰੇ ਗੁਰੂ ਨਾਨਕ ਦੇ ਚੇਲੇ। ਕਿਸੇ ਲਿਫਾਫੇ ਰੰਗ ਬਰੰਗੇ, ਕਿਸੇ ਲਿਫਾਫੇ ਰੰਗ ਬਰੰਗੇ, ਕਿਸੇ ਟੋਕਰੀ ਚੁੱਕੀ, ਕਾਲੀਆਂ ਕਦਮਾਂ ਸ਼ਿਰ ਸ਼ਿਰ ਪੁੱਟਣ ਵਾਤ ਮੁੱਕੀ ਕੇ ਮੁੱਕੀ। ਮੁਹੱਬਤ ਨੂੰ ਨਾ ਰੋਕਣ ਨਦੀਆਂ ਚੀਰੇ ਜੰਗਲ ਬਿੱਲੇ, ਨਾਮ ਰੰਗਣ ਵਿੱਚ ਰੰਗੇ ਯਾਰੇ ਗੁਰੂ ਨਾਨਕ ਦੇ ਚੇਲੇ। ਪ੍ਰੇਮ ਖੇਲਣ ਕਾ ਚਾਓ ਜਿੰਨਾ ਨੂੰ ਸੀਸ ਤਰੀ ਤਰ ਖੇਡੇ, ਹੀਰੇ ਦੇਸ਼ ਪੰਜਾਬ ਦੇ ਰੱਬਾ ਵਤਨ ਚੱਲੇ ਤੁਰੇਤੇ। ਚੀਰੀ ਜਾਨ ਜਲਾ ਨੂੰ ਪਲ ਪਲ ਵੀ ਛੋੜੇ ਦੇ ਸੇਲੇ, ਨਾਮ ਰੰਗਣ ਵਿੱਚ ਰੰਗੇ ਯਾਰੇ ਗੁਰੂ ਨਾਨਕ ਦੇ ਚੇਲੇ। ਤੇਰੀ ਮਿਹਰ ਹੋਈ ਸੇਵਕ ਕੋ ਹੈ ਸੇਵਾ ਬਣ ਆਈ, ਜਿਸਨੇ ਹੁਕਮ ਖਸਮ ਦਾ ਬੁੱਝਿਆ ਉਸ ਪਰਮ ਪਦ ਪਾਈ। ਧਰਮ ਪਾਪ ਤੋਂ ਤੰਗ ਆ ਗਿਆ ਜੋ ਮੇਰੀ ਸੰਗ ਕੇਲੇ, ਨਾਮ ਰੰਗਣ ਵਿੱਚ ਰੰਗੇ ਯਾਰੇ ਗੁਰੂ ਨਾਨਕ ਦੇ ਚੇਲੇ।
ਪੰਜਾ ਸਾਹਿਬ ਸਟੇਸ਼ਨ ਉੱਤੇ ਟਕੋ ਵਰਤ ਦੇ ਪਾਣੇ ਸਵਾਰ ਹੋ ਕੇ ਬੜੀਆਂ ਜੰਗਾਂ ਲੜੀਆਂ ਤੇ ਜਿੱਤੀਆਂ। ਬਾਦਸ਼ਾਹ ਬੁੱਢਾ ਹੋ ਗਿਆ, ਬਾਦਸ਼ਾਹ ਨੇ ਜੰਗਾਂ ਤੋਂ ਸਰਿਆਸ ਲੈ ਲਿਆ। ਬਾਦਸ਼ਾਹ ਨੇ ਹਾਥੀ ਜੰਜੀਰ ਮਾਰ ਕੇ ਬੰਨ ਦਿੱਤਾ। ਹਾਥੀ ਵੀ ਬੁੱਢਾ ਹੋ ਗਿਆ, ਬਾਦਸ਼ਾਹ ਵੀ ਬੁੱਢਾ ਹੋ ਗਿਆ। ਇੱਕ ਦਿਨ ਬਾਦਸ਼ਾਹ ਦੇ ਸਲਾਹਕਾਰਾਂ ਨੇ ਆਖਿਆ, ਬਾਦਸ਼ਾਹ ਇਹ ਬੁੱਢਾ ਹਾਥੀ ਜੰਜੀਰ ਮਾਰ ਕੇ ਬੰਧਾ ਹੋਇਆ, ਇਹ ਹੁਣ ਕਿੱਥੇ ਚਲਿਆ ਜਾਊ? ਇਹਦੀ ਗੁਲਾਮੀ ਕੱਟ ਦੇਣੀ ਚਾਹੀਦੀ ਹੈ, ਜੰਜੀਰ ਖੋਲ ਦੇਣੀ ਚਾਹੀਦੀ। ਹਾਥੀ ਦੇ ਜੰਜੀਰ ਖੋਲ ਦਿੱਤੇ ਗਏ। ਹਾਥੀ ਬੋਲਾਂ ਤੇ ਪਿੱਪਲਾਂ ਦੇ ਟਾਹਣੇ ਭੰਨਦਾ ਹੋਇਆ ਦੂਰ ਨਿਕਲ ਗਿਆ। ਉਹ ਤਿੰਨ ਦਿਨ ਵਾਪਸ ਨਾ ਮੁੜਿਆ। ਜਾਨਵਰਾਂ ਨਾਲ ਵੀ ਪਿਆਰ ਹੋ ਜਾਂਦਾ ਬੰਦਿਆਂ ਦਾ। ਬਾਦਸ਼ਾਹ ਦਾ ਉਸ ਹਾਥੀ ਨਾਲ ਪਿਆਰ ਸੀ, ਕਿਉਂਕਿ ਉਸ ਹਾਥੀ ਦੀ ਪਿੱਠ ਤੇ ਬਹਿ ਕੇ ਬਾਦਸ਼ਾਹ ਨੇ ਕਈ ਜੰਗਾਂ ਲੜੀਆਂ ਤੇ ਜਿੱਤੀਆਂ ਸਨ। ਬਾਦਸ਼ਾਹ ਨੇ ਆਪਣੇ ਕਿਰਨਦੇ ਭੇਜੇ ਹਾਥੀ ਦੀ ਭਾਲ ਵਿੱਚ। ਉਹਨਾਂ ਹਾਥੀ ਲੱਭ ਤੇ ਲਿਆ, ਪਰ ਕੀ ਵੇਖਿਆ? ਹਾਥੀ ਦਲਦਲ ਵਿੱਚ ਫਸਿਆ ਹੋਇਆ। ਹਾਥੀ ਬਹੁਤ ਬੁਰੀ ਤਰ੍ਹਾਂ ਦਲਦਲ ਵਿੱਚ ਫਸ ਚੁੱਕਾ ਸੀ। ਬਾਦਸ਼ਾਹ ਦੇ ਕਰਿੰਦਿਆਂ ਨੇ ਹਾਥੀ ਨੂੰ ਦਲਦਲ ਵਿੱਚੋਂ ਕੱਢਣ ਲਈ ਉਹਨੂੰ ਚੋਭਾਂ ਲਾਉਣੀਆਂ ਸ਼ੁਰੂ ਕੀਤੀਆਂ, ਉਹਨੂੰ ਨੇਜੇ ਮਾਰਨੇ ਸ਼ੁਰੂ ਕੀਤੇ। ਬਾਦਸ਼ਾਹ ਦਾ ਹਾਥੀ ਹੋਰ ਜ਼ਖਮੀ ਹੋ ਗਿਆ, ਲਹੂ ਲਹਾਣ ਹੋ ਗਿਆ, ਹੋਰ ਦਲਦਲ ਵਿੱਚ ਫਸ ਗਿਆ। ਬਾਦਸ਼ਾਹ ਦੇ ਕਰਿੰਦਿਆਂ ਨੂੰ ਯਕੀਨ ਹੋ ਗਿਆ, ਹੁਣ ਹਾਥੀ ਦਲਦਲ ਵਿੱਚੋਂ ਨਹੀਂ ਨਿਕਲੇਗਾ, ਇਹਦੀ ਮੌਤ ਹੋ ਜਾਏਗੀ। ਬਾਦਸ਼ਾਹ ਦੇ ਕਰਿੰਦਿਆਂ ਨੇ ਬਾਦਸ਼ਾਹ ਨੂੰ ਬੇਨਤੀ ਪੱਤਰ ਭੇਜਿਆ, ਬਾਦਸ਼ਾਹ ਸਲਾਮਤ, ਤੇਰਾ ਹਾਥੀ ਹੁਣ ਵੱਧ ਨਹੀਂ ਸਕੇਗਾ, ਆਣ ਕੇ ਦਰਸ਼ਨ ਕਰ ਲੈ। ਬਾਦਸ਼ਾਹ ਹਾਥੀ ਨੂੰ ਵੇਖਣ ਵਾਸਤੇ ਆਇਆ, ਹਾਥੀ ਵੱਲ ਨਿਗਾਹ ਭਰ ਕੇ ਵੇਖਿਆ। ਹਾਥੀ ਦੀਆਂ ਤੇ ਬਾਦਸ਼ਾਹ ਦੀਆਂ ਆਪਸ ਵਿੱਚ ਨਜ਼ਰਾਂ ਮਿਲੀਆਂ, ਦੋਵਾਂ ਦੀਆਂ ਅੱਖਾਂ ਭਰ ਕੇ ਡੁੱਲ ਗਈਆਂ। ਬਾਦਸ਼ਾਹ ਨੇ ਆਖਿਆ, ਮੇਰੇ ਮਿੱਤਰਾ, ਵਰ ਦੀਆਂ ਗੋਲੀਆਂ ਚੋਂ ਤਲਵਾਰਾਂ ਦੀ ਛਾਂ ਥੱਲਿਓ ਸਹੀ ਸਲਾਮਤ ਲੈ ਕੇ ਨਿਕਲਦਾ ਰਹੇ, ਅੱਜ ਸਾਥ ਛੱਡ ਦਿੰਦੇ। ਯਕੀਨ ਬਾਦਸ਼ਾਹ ਨੂੰ ਵੀ ਹੋ ਗਿਆ, ਹੁਣ ਇਹ ਹਾਥੀ ਨਹੀਂ ਨਿਕਲ ਸਕੇਗਾ। ਬਾਦਸ਼ਾਹ ਨੇ ਆਖਿਆ, ਹੁਣ ਹਾਥੀ ਨੂੰ ਮਹਾਵਤ ਨਾਲ ਵੀ ਮਿਲਾ ਦਿਓ। ਜਿਹੜਾ ਹਾਥੀ ਨੂੰ ਚਲਾਉਂਦਾ ਉਹਨੂੰ ਮਹਾਵਤ ਕਹਿੰਦੇ, ਉਹ ਕੋਈ ਚਾਰਾ ਕਰ ਲਏ, ਉਹ ਇਹਦੇ ਅੰਤਮ ਦਰਸ਼ਨ ਕਰ ਲਏ, ਮਹਾਵਤ ਆ ਗਿਆ। ਉਹਨੇ ਹਾਥੀ ਦੇ ਚਾਰ ਚਫੇਰੇ ਫਿਰ ਕੇ ਵੇਖਿਆ। ਉਹਨੇ ਬਾਦਸ਼ਾਹ ਨੂੰ ਆਖਿਆ, ਬਾਦਸ਼ਾਹ ਇਹ ਤੇਰੇ ਬੇਸਮਝ ਬੰਦਿਆਂ ਨੇ ਤੇਰੇ ਪਿਆਰੇ ਹਾਥੀ ਨੂੰ ਮੌਤ ਕਿਨਾਰੇ ਲਿਆ ਖੜਾ ਕੀਤਾ। ਮਹਾਵਤ ਨੇ ਆਖਿਆ, ਬਾਦਸ਼ਾਹ ਸਲਾਮਤ, ਨਗਾਰਾ ਮੰਗਾਇਆ ਜਾਏ। ਨਗਾਰਾ ਉਹ ਨਗਾਰਾ ਜਿਹਦੇ ਉੱਤੇ ਚੋਟਾਂ ਮਾਰ ਕੇ ਮੈਦਾਨੇ ਜੰਗ ਨੂੰ ਚੜਿਆ ਕਰਦੇ ਸਨ। ਬਾਦਸ਼ਾਹ ਨੇ ਨਗਾਰਾ ਮੰਗਵਾ ਲਿਆ। ਮਹਾਵਤ ਕਹਿੰਦਾ, ਬਾਦਸ਼ਾਹ ਸਲਾਮਤ, ਹੁਣ ਇੱਕ ਤਗੜੇ ਜੁੱਸੇ ਵਾਲਾ ਜਵਾਨ ਚਾਹੀਦਾ ਹੈ, ਜਿਹਦੀ ਛਾਤੀ ਚ ਬਲ ਹੋਵੇ, ਜਿਹਦੇ ਡੌਲਿਆਂ ਚ ਤਾਲ ਹੋਵੇ, ਉਹ ਜਵਾਨ ਚਾਹੀਦੇ। ਬਾਦਸ਼ਾਹ ਨੇ ਇੱਕ ਤਗੜੇ ਜੁੱਸੇ ਵਾਲਾ ਨੌਜਵਾਨ ਮੰਗਾ ਲਿਆ। ਮਹਾਵਤ ਕਹਿੰਦਾ, ਬਾਦਸ਼ਾਹ
ਇਹ ਨੌਜਵਾਨ ਹੁਣ ਇਸ ਜੰਗੀ ਨਗਾਰੇ ਉੱਤੇ ਚੋਟਾਂ ਮਾਰੇ। ਜਦੋਂ ਉਸ ਤਕੜੇ ਜੁੱਸੇ ਵਾਲੇ ਜਵਾਨ ਨੇ ਬਾਹਾਂ ਦੇ ਬਲ ਨਾਲ ਜੰਗੀ ਨਗਾਰੇ ਉੱਤੇ ਚੋਟਾਂ ਮਾਰੀਆਂ, ਉਸ ਹਾਥੀ ਦੇ ਸਾਹਮਣੇ ਉਹ ਜੰਗ ਦਾ ਸੀਨ ਵੱਧ ਗਿਆ, ਉਹਦਾ ਖੂਨ ਖੋਲਿਆ, ਉਹ ਛਾਲ ਮਾਰ ਕੇ ਦਲਦਲ ਚੋਂ ਬਾਹਰ ਆਣ ਖਲੋਤਾ। ਕੌਮਾਂ ਦਾ ਇਤਿਹਾਸ ਤਾਂ ਬਿਆਨ ਕੀਤਾ ਜਾਂਦਾ ਹੈ, ਕੌਮ ਬਹੁਤ ਤਰ੍ਹਾਂ ਦੀ ਦਲਦਲ ਵਿੱਚ ਫਸ ਚੁੱਕੀ, ਪਤਤ ਪੁਣੇ ਦੀ ਦਲਦਲ। ਮੇਰੇ ਤੋਂ ਪਹਿਲਾਂ ਕੌਮ ਦੇ ਵਿਦਵਾਨ ਸੱਜਣ ਪ੍ਰਗਟ ਸਿੰਘ ਜੀ ਤਿੰਮੋਵਾਲ ਉਹ ਨਸ਼ਿਆਂ ਦੀ ਦਲਦਲ ਦੀ ਗੱਲ ਕਰ ਰਹੇ ਸਨ। ਅਸੀਂ ਮਨਮਤ ਦੀ ਦਲਦਲ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਫਸ ਚੁੱਕੇ ਹਾਂ। ਗੁਰੂ ਕਾ ਪੰਥ ਇੱਕ ਵੱਡੇ ਕਾਰਜ ਵਾਸਤੇ ਪੰਜਾ ਸਾਹਿਬ ਤੋਂ ਚੱਲ ਕੇ ਹਸਨ ਅਬਦਾਸ ਸਟੇਸ਼ਨ ਤੇ ਪਹੁੰਚ ਗਏ। ਸਟੇਸ਼ਨ ਬਾਬੂ ਕੁਰਸੀ ਤੋਂ ਉੱਠ ਕੇ ਖਲੋ ਗਿਆ। ਉਹ ਜਥੇਦਾਰ ਪ੍ਰਤਾਪ ਸਿੰਘ ਨੂੰ ਜਾਣਦਾ ਪਹਿਚਾਣਦਾ। ਹਸਨ ਅਬਦਾਸ ਸਟੇਸ਼ਨ ਗੁਰਦੁਆਰਾ ਪੰਜਾ ਸਾਹਿਬ ਇਹਦੇ ਵਿੱਚ ਇੱਕ ਮੀਲ ਦੀ ਵਿੱਚ ਹੈ। ਮੈਨੇਜਰ ਪ੍ਰਤਾਪ ਸਿੰਘ ਕਈ ਵਾਰੀ ਸਟੇਸ਼ਨ ਉੱਤੇ ਆਉਂਦਾ ਹੈ, ਗੱਡੀ ਤੇ ਸਵਾਰ ਹੁੰਦਾ, ਕੰਮ ਕਾਜ ਕਰਕੇ ਫਿਰ ਵਾਪਸ ਆਣ ਕੇ ਉਤਰਦਾ ਹੈ, ਸਟੇਸ਼ਨ ਬਾਬੂ ਨੂੰ ਮਿਲਦਾ ਹੈ, ਗੁਰਦੁਆਰਾ ਪੰਜਾ ਸਾਹਿਬ ਵਿੱਚ ਚਲਿਆ ਜਾਂਦਾ। ਪਰ ਅੱਜ ਪ੍ਰਤਾਪ ਸਿੰਘ ਦੀ ਤੋਰ ਹੋਰ ਹੈ, ਅੱਜ ਪ੍ਰਤਾਪ ਸਿੰਘ ਦੀ ਤੱਕਣੀ ਹੋਰ ਹੈ, ਅੱਜ ਪ੍ਰਤਾਪ ਸਿੰਘ ਦੇ ਚਿਹਰੇ ਉੱਤੇ ਜਲਾ ਨਹੀਂ ਹੋ ਰਿਹਾ। ਸਟੇਸ਼ਨ ਬਾਬੂ ਨੇ ਆਖਿਆ, ਪ੍ਰਤਾਪ ਸਿੰਘ ਅੱਜ ਤੇਰੇ ਬੋਲ ਹੋਰ ਨੇ, ਅੱਜ ਤੇਰੀ ਤੋਰ ਹੋਰ ਹੈ, ਅੱਜ ਤੇਰੀ ਤੱਕਣੀ ਹੋਰ ਹੈ, ਅੱਜ ਤੇਰੇ ਚਿਹਰੇ ਉੱਤੇ ਵੱਖਰਾ ਹੀ ਜਲਾਲ ਹੈ। ਤੂੰ 1250 ਮਾਈ ਪਾਈ ਲਈ ਕੇ ਕਿਸ ਕਾਰਜ ਵਾਸਤੇ ਆਣ ਪਹੁੰਚਿਆ? ਜਥੇਦਾਰ ਪ੍ਰਤਾਪ ਸਿੰਘ ਨੇ ਆਖਿਆ, ਬਾਬੂ ਸਾਡਾ ਦੇਸ਼ ਅੰਗਰੇਜ਼ ਦੇ ਗੁਲਾਮ ਹੋ ਗਏ, ਤੂੰ ਵੀ ਅੰਗਰੇਜ਼ ਦਾ ਗੁਲਾਮ ਹੈ, ਮੈਂ ਵੀ ਅੰਗਰੇਜ਼ ਦਾ ਗੁਲਾਮ ਹੈ, ਤੂੰ ਵੀ ਗੁਲਾਮ ਭਾਰਤ ਦਾ ਵਾਸੀ ਹੈ, ਮੈਂ ਵੀ ਗੁਲਾਮ ਭਾਰਤ ਦਾ ਵਾਸੀ ਹੈ। ਗੁਰੂ ਕਾ ਪੰਥ ਗੁਰਦੁਆਰਿਆਂ ਦੀ ਆਜ਼ਾਦੀ ਲਈ ਲੜ ਰਿਹਾ ਹੈ। ਜਿਹੜੀ ਹੁਣ ਟ੍ਰੇਨ ਇਸ ਸਟੇਸ਼ਨ ਉੱਤੇ ਆਉਣ ਵਾਲੀ ਹੈ, ਉਹਦੇ ਵਿੱਚ 750 ਫੱਟੜ ਅਕਾਲੀ ਨੇ, 750 ਸਿੱਖ ਫੱਟੜ ਨੇ, ਉਹ ਭੁੱਖੇ ਨੇ, ਉਹਨਾਂ ਦਾ ਕਿਸੇ ਨੇ ਮਰ ਪੱਟੀ ਨਹੀਂ ਕੀਤਾ। 15 ਮਿੰਟ ਗੱਡੀ ਹਸਨ ਅਬਦਾਸ ਸਟੇਸ਼ਨ ਉੱਤੇ ਖੜੀ ਕਰਦੇ, ਅਸੀਂ ਆਪਣੇ ਵੀਰਾਂ ਦਾ ਮਰ ਪੱਟੀ ਕਰ ਲਈਏ, ਅਸੀਂ ਆਪਣੇ ਵੀਰਾਂ ਨੂੰ ਜਲ ਪਾਣੀ ਛਕਾ ਲਈਏ, ਆਹ ਤੱਕੀਏ। ਜਥੇਦਾਰ ਪ੍ਰਤਾਪ ਸਿੰਘ ਤੇ ਕਰਮ ਸਿੰਘ ਨੇ ਸਟੇਸ਼ਨ ਬਾਬੂ ਨੂੰ ਹਸਨ ਅਬਦਾਸ ਸਟੇਸ਼ਨ ਉੱਤੇ 15 ਕੁ ਮਿੰਟ ਗੱਡੀ ਖੜੀ ਕਰਨ ਵਾਸਤੇ ਦੇਵੇ ਬੇਨਤੀ ਕੀਤੀ। ਮੇਰੇ ਸਾਥੀ ਹਰਦੀਪ ਸਿੰਘ ਚੀਮਾ, ਮੱਖਣ ਸਿੰਘ ਦਸ਼ਮੇਸ਼ ਨਗਰੀਆ ਤੇ ਕਸ਼ਮੀਰ ਸਿੰਘ ਕੋਮਲ ਇਸ ਲਹਿਰੀਏ ਛੰਦ ਵਿੱਚ ਇੰਜ ਬਿਆਨ ਕਰਦੇ। ਸਾਗ ਦੁੱਖਾਂ ਦੀ ਸਰੀਰ ਉੱਤੇ ਚੱਲ ਕੇ ਸਾਹਿਬ ਦੇਵਾਂ ਦੇ ਦੁਲਾਰੇ ਆ ਗਏ ਚੱਲ ਕੇ, ਕਹਿੰਦਾ ਬਾਬੂ ਨੂੰ ਬਾਪੁੱਤ ਸਾਰਾ ਰਲ ਕੇ, ਸਾਡਾ ਨਿੱਕਾ ਜਿੰਨਾ ਕਾਰਜ ਸਵਾਰ ਬਾਬੂ ਜੀ, ਗੱਡੀ 15 ਮਿੰਟ ਖਲਿਆਰ ਬਾਬੂ ਜੀ, ਸਾਡੇ ਵੀਰ ਨੇ ਪਿੰਡੇ ਨੂੰ ਦੇ ਬਾਬੂ ਜਿੰਨਾ ਸਰੀਰ ਨੇ, ਬੜੇ ਸ਼ਾਨ ਸ਼ਾਇਆ ਜਾਤੀ ਲਈ ਫਕੀਰ ਨੇ, ਤਾੜੀ ਉਲਾਈ ਹੋਈ ਨੂੰ ਹੱਥੀ ਗੰਢ ਲਾਂਗਾ ਦੇ, ਭਾਈਏ ਵੀਰਾਂ ਦੇ ਦਰਸ ਦੇ ਸ਼ਦੂਰ ਚਾਂਗਾ ਦੇ। ਸਾਗ ਦੁੱਖਾਂ ਦੀ ਸਰੀਰ ਉੱਤੇ ਚੱਲ ਕੇ ਸਾਹਿਬ ਦੇਵਾਂ ਦੇ ਦੁਲਾਰੇ ਆ ਗਏ ਚੱਲ ਕੇ, ਕਹਿੰਦਾ ਬਾਬੂ ਨੂੰ ਵਫੁੱਤ ਸਾਰਾ ਰਲ
ਜਾਣ ਕੇ ਸਾਡਾ ਨਿੱਕਾ ਜਿੰਨਾ ਕਾਰਜ ਸਵਾਰੋ ਬਾਬੂ ਜੀ ਗੱਡੀ 15 ਮਿੰਟ ਖੱਲਿਆਰੋ ਬਾਬੂ ਜੀ ਮਾਰੇ ਸੱਟਾਂ ਦੇ ਰੰਗ ਸਾਡੇ ਵੀਰ ਨੇ ਪਿੰਜੇ ਰੂਨੇ ਵਾਂਗੂ ਜਿੰਨਾ ਦੇ ਸਰੀਰ ਨੇ ਬੜੇ ਸ਼ਾਨ ਸ਼ਾਇਆ ਜਾਤੀ ਲਈ ਫਕੀਰ ਨੇ ਤਾੜੀ ਉਲਝੀ ਹੋਈ ਨੂੰ ਹੱਥੀ ਕੰਡ ਲਾਉਂਦੇ ਨੇ ਆਈਏ ਵੀਰਾਂ ਦੇ ਦਰਸ ਦੇ ਸ਼ੰਦੂਰ ਜਾਂਦੇ ਨੇ ਹੋਰ ਤਾਮਾ ਦੀ ਆਜ਼ਾਦੀ ਲਈ ਜਵਾਨਾਂ ਨੇ ਤਾਮਾ ਦੀ ਆਜ਼ਾਦੀ ਲਈ ਜਵਾਨਾਂ ਨੇ ਤਨ ਪੇਸ਼ ਕੀਤੇ ਕੌਮੀ ਬਲਵਾਨਾਂ ਨੇ ਸਭ ਦੁੱਖਾਂ ਦੀਆਂ ਬਾਬੂ ਦਾ ਅਸਤਾਨਾਂ ਨੇ ਨੀਤੀ ਜ਼ਾਲਮ ਵਿਰੋਧੀਆਂ ਦੀ ਹਾਰ ਬਾਬੂ ਜੀ ਗੱਡੀ 15 ਮਿੰਟ ਖੱਲਿਆਰ ਬਾਬੂ ਜੀ ਸਟੇਸ਼ਨ ਬਾਬੂ ਜਥੇਦਾਰ ਪ੍ਰਤਾਪ ਸਿੰਘ ਨੂੰ ਕਹਿੰਦਾ ਪ੍ਰਤਾਪ ਸਿੰਘ ਜੇ ਖੈਰ ਚਾਹੁੰਦਾ ਸਾਡੇ 1200 ਮਾਈ ਭਾਈ ਨੂੰ ਲੈ ਕੇ ਵਾਪਸ ਚਲਿਆ ਗਿਆ ਅੰਗਰੇਜ਼ ਸਰਕਾਰ ਨੇ ਗੱਡੀ ਦੇ ਹਰ ਡੱਬੇ ਨਾਲ ਪੁਲਿਸ ਤੈਨਾਤ ਕੀਤੀ ਹੈ ਹਰ ਗੱਡੀ ਦੇ ਡੱਬੇ ਉੱਤੇ ਗਨ ਮਸ਼ੀਨ ਬੀੜੀ ਹੈ ਤੇ ਯਾਦ ਰੱਖ ਉਹ ਅੰਗਰੇਜ਼ ਦੀ ਸਰਕਾਰ ਹੈ ਜਿਹਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ ਉਸੇ ਅੰਗਰੇਜ਼ ਦੀ ਸਰਕਾਰ ਹੈ ਜਿੰਨੇ ਕਾਮਾ ਗਾਟਾ ਮਾਰੂ ਜਹਾਜ਼ ਦੇ ਗਦਰੀ ਬਾਬਿਆਂ ਨੂੰ ਕਲਕੱਤੇ ਦੀ ਬੰਦਰਗਾਹ ਉੱਤੇ ਦਾਣਿਆਂ ਵਾਂਗ ਭੁੰਨ ਦਿੱਤਾ ਹੈ ਜਥੇਦਾਰ ਪ੍ਰਤਾਪ ਸਿੰਘ ਨੂੰ ਅੰਗਰੇਜ਼ ਸਰਕਾਰ ਦੇ ਦਾਬੇ ਸਟੇਸ਼ਨ ਬਾਬੂ ਨੇ ਜਿਵੇਂ ਦੇਣੇ ਸ਼ੁਰੂ ਕੀਤੇ ਮੇਰੇ ਸਾਥੀ ਇੰਜ ਬਿਆਨ ਕਰਦੇ
ਸੁਣ ਕੇ ਸੰਗਤ ਦੀ ਗੱਲ ਬਾਬੂ ਕਿਹਾ ਸਟੇਸ਼ਨ ਨੇ ਤੋਂ ਪਹਿਲਾਂ ਹੋਰ ਕਿਤੇ ਨਹੀਂ ਅਟਕਣੀ ਮੇਰੀ ਨਹੀਂ ਜਾਣਕਾਰੀ ਉਸ ਵਿੱਚ ਬਾਗੀ ਬੰਦੇ ਫੜ ਲੱਤੇ ਸਰਕਾਰ ਨੇ ਪਾਈ ਹੈ ਗੋਲੇ ਤੇ ਪਾਈ ਮਸ਼ੀਨ ਹੈ ਖਾਲਸੇ ਮਾਰਦੇ ਨਹੀਂ ਪੁੱਤਰ ਦਸਮ ਦੇ ਵੀਰ ਹਾਂ ਦੀਪ ਸਿੰਘ ਦੇ ਲੱਥੇ ਸੀਸ ਵੀ ਖੰਡਿਓ ਹਾਰਦੇ ਨਹੀਂ ਲੱਖ ਹੋਣ ਟੁੱਟੇ ਰਲਦੇ ਰੇਤ ਅੰਦਰ
ਕਣੀ ਹੀਰੇ ਦੀ ਇੱਕ ਵੀ ਦਮਕਦੀ ਰਹੂ ਜਦ ਤੱਕ ਚੰਨ ਤਾਰੇ ਸੂਰਜ ਹਨ ਸੀਤਲ ਸ਼ਾਨ ਖਾਲਸੇ ਦੀ ਸਦਾ ਚਮਕਦੀ ਰਹੂ। ਜਥੇਦਾਰ ਪ੍ਰਤਾਪ ਸਿੰਘ ਤੇ ਕਰਮ ਸਿੰਘ ਰੇਲ ਦੀ ਪਟੜੀ ਮੱਲ ਕੇ ਬਹਿ ਗਏ। ਬਈ ਇਹ ਮੋਰਚਾ ਲੰਮਾ ਚਿਰ ਚੱਲਦਾ ਰਿਹਾ ਤੇ ਗੁਰੂ ਕੇ ਬਾਗ ਦੇ ਮੋਰਚੇ ਦੀਆਂ ਧੁੰਮਾਂ ਸਾਰੇ ਹਿੰਦੁਸਤਾਨ ਚ ਪੈ ਗਈਆਂ ਸਨ। ਬੜੇ ਬੜੇ ਜ਼ਿੰਮੇਵਾਰ ਲੀਡਰ ਉਸ ਵਕਤ ਦੇ ਇਸ ਮੋਰਚੇ ਨੂੰ ਦੇਖਣ ਵਾਸਤੇ ਆਉਂਦੇ ਸਨ। ਇੱਕ ਅੰਗਰੇਜ਼ ਪਾਦਰੀ ਜਿਹਦਾ ਖਾਸ ਤੌਰ ਤੇ ਇਸ ਇਤਿਹਾਸ ਵਿੱਚ ਜ਼ਿਕਰ ਆਉਂਦਾ, ਉਹਦਾ ਨਾਮ ਹੈ ਸੀ ਐਫ ਐਂਡਰਿਊਜ਼। ਉਹਨੇ ਸੁਣਿਆ ਕਿ ਸਿੱਖਾਂ ਦਾ ਮੋਰਚਾ ਸ਼ਾਂਤਮਈ ਹੈ, ਜੇ ਉਹਨਾਂ ਨੂੰ ਅੰਗਰੇਜ਼ ਦੀ ਪੁਲਿਸ ਗੋਲੀ ਮਾਰਦੀ ਹੈ ਉਹ ਤਾਂ ਵੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ, ਜੇ ਅੰਗਰੇਜ਼ ਦੀ ਪੁਲਿਸ ਡਾਂਗਾ ਮਾਰਦੀ ਹੈ ਸਿੱਖ ਤਾਂ ਵੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ। ਅੰਗਰੇਜ਼ ਪਾਦਰੀ ਸੀ ਐਫ ਐਂਡਰਿਊਜ਼ ਇਸ ਮੋਰਚੇ ਨੂੰ ਵੇਖਣ ਵਾਸਤੇ ਆ ਗਿਆ। ਉਹ ਆਪ ਆਪਣੀ ਕਲਮ ਨਾਲ ਲਿਖਦਾ, ਉਹ ਕਹਿੰਦਾ ਗੁਰੂ ਕੇ ਬਾਗ ਗੁਰਦੁਆਰੇ ਦੇ ਕੋਲ ਇੱਕ ਚੁਰਾਹੇ ਤੇ ਮੈਂ ਖੜਾ ਸਾਂ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਅਕਾਲੀਆਂ ਦਾ ਜਥਾ ਆ ਗਿਆ, ਇੱਕ ਸਿੱਖਾਂ ਦਾ ਜਥਾ ਆ ਗਿਆ, ਉਹਨਾਂ ਦਾ ਜਥੇਦਾਰ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਦਾ ਕੇ ਗੁਰੂ ਕੇ ਬਾਗ ਗੁਰਦੁਆਰੇ ਵੱਲ ਨੂੰ ਜਦੋਂ ਵਧਿਆ ਅੰਗਰੇਜ਼ ਦੀ ਪੁਲਿਸ ਨੇ ਸੰਮਾਂ ਵਾਲੀਆਂ ਡਾਂਗਾਂ ਨਾਲ ਕੁੱਟ ਕੁੱਟ ਕੇ ਉਸ ਜਥੇਦਾਰ ਦੇ ਉਸ ਸਿੱਖ ਦੇ ਹੱਡ ਚੂਰ ਕੀਤੇ ਨੇ, ਲੱਤਾਂ ਵੀ ਤੋੜ ਦਿੱਤੀਆਂ, ਬਾਹਾਂ ਵੀ ਤੋੜ ਦਿੱਤੀਆਂ। ਉਹ ਸੀ ਐਫ ਐਂਡਰਿਊਜ਼ ਪਾਦਰੀ ਕਹਿੰਦਾ ਉਸ ਬਹਾਦਰ ਸਿੱਖ ਦੇ ਮੂੰਹੋਂ, ਉਸ ਬਹਾਦਰ ਜਥੇਦਾਰ ਦੇ ਮੂੰਹੋਂ ਹਾਏ ਨਾ ਨਿਕਲੀ। ਪਰ ਉਹ ਅੰਗਰੇਜ਼ ਪਾਦਰੀ ਕਹਿੰਦਾ ਵੇਖ ਕੇ ਮੇਰੀਆਂ ਚੀਕਾਂ ਨਿਕਲ ਗਈਆਂ। ਉਹ ਕਹਿੰਦਾ ਮੈਂ ਇਤਿਹਾਸ ਦੇ ਪੰਨਿਆਂ ਤੇ ਪੜ੍ਹਿਆ ਸੀ ਕਿ ਇੱਕ ਮਨਸੂਰ ਪੈਦਾ ਹੋਇਆ ਸੰਸਾਰ ਵਿੱਚ ਉਹਨਾਂ ਦੀ ਕੌਮ ਵਿੱਚ, ਉਹ ਕਹਿੰਦਾ ਮੈਂ ਵੇਖਿਆ ਕਿ ਸਿੱਖ ਮਾਂ ਜਿਸ ਵੀ ਪੁੱਤਰ ਨੂੰ ਜਨਮ ਦਿੰਦੀ ਹੈ ਉਹ ਕੋਈ ਵੀ ਮਨਸੂਰ ਤੋਂ ਘੱਟ ਨਹੀਂ। ਉਹ ਦੁਨੀਆ ਇੱਕ ਮਨਸੂਰ ਤੇ ਮਾਣ ਕਰਦੀ, ਇੱਥੇ ਪੰਥ ਮਨਸੂਰਾਂ ਦਾ ਪਲਦਾ ਹੈ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦਾ ਬਹਾਦਰ ਖਾਲਸਾ ਗੱਡੀ ਨੂੰ ਰੋਕਣ ਵਾਸਤੇ ਰੇਲ ਦੀ ਪਟੜੀ ਮੱਲ ਕੇ ਬੈਠੇ। ਮੈਂ ਬੇਨਤੀ ਕਰਾਂ ਸਿੱਖਾਂ ਦੀਆਂ ਲਹਿਰਾਂ ਨੂੰ ਛੁਟਿਆ ਕੇ ਲਿਖਿਆ ਗਿਆ ਆਜ਼ਾਦੀ ਦੇ ਇਤਿਹਾਸ ਵਿੱਚ, ਔਰ ਇਹਨਾਂ ਨੂੰ ਨਰੋਲ ਧਾਰਮਿਕ ਲਹਿਰਾਂ ਦੱਸ ਕੇ ਸਾਡੇ ਦੇਸ਼ ਦੇ ਲਿਖਾਰੀਆਂ ਨੇ ਬਹੁਤ ਛੁਟਿਆ ਦਿੱਤਾ। ਜਦੋਂ ਸਿੱਖ ਗੁਰਦੁਆਰਿਆਂ ਦੀ ਆਜ਼ਾਦੀ ਲਈ ਲੜ ਰਹੇ ਸਨ, ਜਦੋਂ ਤਰਨ ਤਾਰਨ ਸਾਹਿਬ ਦਾ ਸੇਵਾ ਸੰਭਾਲ ਦਾ ਪ੍ਰਬੰਧ ਖਾਲਸੇ ਨੇ ਆਪਣੇ ਹੱਥ 'ਚ ਲੈ ਲਿਆ, ਜਦੋਂ ਲਛਮਣ ਸਿੰਘ ਧਾਰੋਵਾਲੀ ਨੇ ਤੇ ਉਹਦੇ ਸਾਥੀਆਂ ਨੇ ਸ਼ਹਾਦਤਾਂ ਦੇ ਕੇ ਕਰਤਾਰ ਸਿੰਘ ਝੱਪਰ ਵਰਗੇ ਮਰਦਾਂ ਨੇ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਆਪਣੇ ਹੱਥਾਂ 'ਚ ਲੈ ਲਈ, ਜਦੋਂ ਚਾਬੀਆਂ ਦਾ ਮੋਰਚਾ ਜਿੱਤ ਲਿਆ, ਜਦੋਂ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਸੀ ਨਾ ਜਿਸਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਹ ਧੁੱਕੇ ਵਾਲੀ ਪਿੰਡ ਦਾ ਵਾਕਿਆ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਥੇ ਆਪਣੇ ਮੁਬਾਰਕ ਚਰਨ ਪਾਏ ਨੇ ਪਿੰਡ ਧੁੱਕੇ ਵਾਲੀ 'ਚ, ਉੱਥੇ ਗੁਰੂ ਕਾ ਬਾਗ ਗੁਰਦੁਆਰਾ। ਜਦੋਂ ਗੁਰੂ ਕੇ ਬਾਗ ਦਾ ਮੋਰਚਾ ਚੱਲ ਰਿਹਾ ਸੀ ਉਦੋਂ ਦੇਸ਼ ਦੇ ਉਸ ਵਕਤ ਦੇ ਬੜੇ ਜ਼ਿੰਮੇਵਾਰ ਲੀਡਰਾਂ ਨੇ ਚਿੱਠੀ ਲਿਖੀ ਸਿੱਖ ਪੰਥ ਨੂੰ, ਭਾਈ ਸਿੱਖੋ ਤੁਸੀਂ ਬੜੇ ਬਹਾਦਰ ਹੋ,
ਤੁਸੀਂ ਕੁਰਬਾਨੀਆਂ ਦੇ ਕੇ ਆਪਣੇ ਗੁਰਦੁਆਰੇ ਆਜ਼ਾਦ ਕਰਾ ਰਹੇ ਹੋ, ਤੁਹਾਡੀਆਂ ਛਾਤੀਆਂ ਫੁਲਾਤੀਆਂ ਨੇ, ਤੇ ਹਿੰਦੁਸਤਾਨ ਇੱਕ ਵੱਡਾ ਗੁਰਦੁਆਰਾ ਹੈ, ਕੁਰਬਾਨੀਆਂ ਦੇ ਕੇ ਇਹਨੂੰ ਆਜ਼ਾਦ ਕਰਾ ਲਓ। ਤੇ ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ ਫਿਰ ਆਜ਼ਾਦੀ ਦਾ ਝੰਡਾ ਇੱਕ ਸਿੱਖ ਦੇ ਹੱਥ ਵਿੱਚ ਹੋਇਆ ਕਰੂਗਾ, ਜਿੱਧਰ ਨੂੰ ਉਹ ਸਿੱਖ ਜਾਊ ਬਾਕੀ ਹਿੰਦੁਸਤਾਨ ਦੇ ਲੋਕ ਉਹਦੇ ਮਗਰ ਮਗਰ ਚੱਲਣਗੇ। ਉਸ ਵੇਲੇ ਇੱਕ ਬੰਦੇ ਮਾਤਰਮ ਅਖਬਾਰ ਛਪਦੀ ਸੀ, ਉਹਦੇ ਵਿੱਚ ਉਹ ਲਾਈਨਾਂ ਛਪੀਆਂ ਨੇ ਚਿੱਠੀ ਦੀਆਂ, ਜਿਹੜੀਆਂ ਅੱਜ ਵੀ ਮਿਲਦੀਆਂ ਨੇ। ਦੇਸ਼ ਦੇ ਜ਼ਿੰਮੇਵਾਰ ਲੀਡਰਾਂ ਨੇ ਸਿੱਖਾਂ ਨੂੰ ਲਿਖਿਆ, ਤੁਮ ਡਰਦੇ ਹਿੰਦ ਕੇ ਮਸੀਹਾ ਹੋ ਅਕਾਲੀਓ, ਸਵੈ ਮਾਨ ਕਾ ਜਬ ਰਾਜ ਹੋਗਾ ਆਪਣੇ ਦੇਸ਼ ਮੇ, ਹੋਗਾ ਤੁਮਾਰੇ ਹੱਥ ਮੇ ਝੰਡਾ ਅਕਾਲੀਓ। 2% ਆਬਾਦੀ ਸੀ ਤੁਹਾਡੀ, ਤੁਸੀਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ 93% ਕੁਰਬਾਨੀਆਂ ਦਿੱਤੀਆਂ ਨੇ। ਉਹ ਗੁਰੂ ਕਾ ਪੰਥ ਹਸਨ ਅਬਦਾਸ ਸਟੇਸ਼ਨ ਉੱਤੇ ਖੜਾ ਹੈ, ਜਥੇਦਾਰ ਪ੍ਰਤਾਪ ਸਿੰਘ ਤੇ ਜਥੇਦਾਰ ਕਰਮ ਸਿੰਘ ਛਾਤੀਆਂ ਡਾਹ ਕੇ ਉਸ ਪਾਸੇ ਬੈਠੇ ਨੇ ਜਿਸ ਪਾਸੇ ਅੰਗਰੇਜ਼ ਦਾ ਖੂਨੀ ਇੰਜਣ ਆਉਣਾ। ਇਸ ਜਥੇ ਵਿੱਚ ਬਿਰਧ ਮਾਤਾਵਾਂ ਆਈਆਂ ਸਨ, ਬਜ਼ੁਰਗ ਆਏ ਸਨ, ਨੌਜਵਾਨ ਆਏ ਸਨ, ਤੇ ਨੌਜਵਾਨ ਭੈਣਾਂ ਆਪਣੇ ਦੁੱਧ ਚੁੰਘਦੇ ਬੱਚਿਆਂ ਨੂੰ ਛਾਤੀਆਂ ਨਾਲ ਲਾ ਕੇ ਲੈ ਕੇ ਆਈਆਂ ਸਨ। ਪ੍ਰਤਾਪ ਸਿੰਘ ਤੇ ਕਰਮ ਸਿੰਘ ਤੋਂ 15 ਫੁੱਟ ਪਿੱਛੇ ਇੱਕ 22 ਸਾਲ ਦੀ ਨੌਜਵਾਨ ਭੈਣ ਬੈਠੀ ਹੈ, ਇਹਦੇ ਕੁਛੜ ਕੁਝ ਮਹੀਨਿਆਂ ਦਾ ਬੱਚਾ ਹੈ। ਇਹਦੇ ਦਿਲ ਵਿੱਚ ਕੋਈ ਖਿਆਲ ਆਇਆ, ਇਹ ਰੇਲ ਦੀ ਪਲੜੀ ਤੋਂ ਉੱਠੀ, ਆਪਣੇ ਪੁੱਤਰ ਨੂੰ ਪਾਸੇ ਬਹਾਈ, ਇਹਨੇ ਰੇਲ ਦੀ ਪਲੜੀ ਤੇ ਬਹਿ ਕੇ ਜਦੋਂ ਆਪਣੇ ਬੱਚੇ ਵੱਲੇ ਵੇਖਿਆ, ਇਹਦੀਆਂ ਆਂਦਰਾਂ ਨੂੰ ਪਿਆ ਬਲੇਟ, ਇਹ ਦੌੜ ਕੇ ਆਪਣੇ ਬੱਚੇ ਨੂੰ ਚੁੱਕ ਕੇ ਫਿਰ ਰੇਲ ਦੀ ਪਲੜੀ ਵਿੱਚ ਆਣ ਬੈਠੀ। ਇਸ ਭੈਣ ਦੇ ਕੋਲ ਇੱਕ 72 ਸਾਲ ਦਾ ਬਜ਼ੁਰਗ ਬੈਠਾ, ਉਹਨੇ ਸਿਰ ਉੱਤੇ ਪਿਆਰ ਦੇ ਕੇ ਆਖਿਆ, ਨੀ ਧੀਏ ਤੇਰਾ ਪਹਿਲਾ ਫੈਸਲਾ ਠੀਕ ਸੀ, ਹੁਣ ਵਾਲਾ ਤੇਰਾ ਫੈਸਲਾ ਗਲਤ ਹੈ। ਇਸ ਬੱਚੇ ਨੂੰ ਉੱਥੇ ਹੀ ਮਾਇਆ, ਤੂੰ ਵੀ ਦੇਸ਼ ਦੀ ਖਾਤਰ ਆਜ਼ਾਦੀ ਦੇ, ਮੈਂ ਵੀ ਧਰਮ ਤੋਂ ਜਾਣਵਾਰ ਹਾਂ। ਇਹ ਬੱਚਾ ਇੱਕ ਧਰਮਣ ਮਾਂ ਦਾ ਪੁੱਤਰ ਹੈ, ਇਹ ਧਰਮਣ ਮਾਂ ਦੇ ਪੇਟੋਂ ਪੈਦਾ ਹੋਇਆ, ਜੇ ਕਿਤੇ ਬਚ ਗਿਆ ਧੀਏ ਕੋਈ ਦੇਸ਼ ਵਾਸਤੇ ਪੰਥ ਵਾਸਤੇ ਵੱਡਾ ਕਾਰਨਾਮਾ ਕਰਕੇ ਜਾਊ। ਉਸ ਭੈਣ ਦਾ ਦਿਲ ਬਲਬਲਿਆਂ ਨਾਲ ਭਰਿਆ ਹੋਇਆ ਸੀ, ਉਹਨੇ ਬਾਪੂ ਨੂੰ ਇੱਕ ਜਵਾਬ ਦਿੱਤਾ। ਉਸ ਨੌਜਵਾਨ ਅੰਮ੍ਰਿਤਧਾਰੀ ਪੁੱਤਰੀ ਨੇ ਆਖਿਆ, ਬਾਪੂ ਮੇਰੇ ਦਿਲ ਵਿੱਚ ਅਜੀਤ ਜੁਝਾਰ ਵਸੇ, ਮੈਨੂੰ ਜਾਤ ਦੀ ਗੱਲ ਕੋਈ ਓਪਰੀ ਨਹੀਂ। ਅਜੇ ਕੱਲ ਲਾਹੌਰ ਦੇ ਵਿੱਚ ਬਹਿ ਕੇ ਤਾਰੂ ਸਿੰਘ ਲੁਹਾ ਗਿਆ ਖੋਪਰੀ ਨਹੀਂ, ਜੋਰਾਵਰ ਤੇ ਫਤਿਹ ਸਿੰਘ ਸਾਥ ਮੇਰੇ, ਉਹ ਕਹਿੰਦੇ ਚੁੱਕਣੀ ਜ਼ੁਲਮ ਦੀ ਟੋਕਰੀ ਨਹੀਂ, ਮੈਂ ਬੇੜਾ ਜ਼ੁਲਮ ਦਾ ਡੋਬਣਾ ਖੂਨ ਪਾ ਕੇ ਕੀ ਮੈਂ ਤੇਗ ਬਹਾਦਰ ਦੀ ਪੋਤਰੀ ਨਹੀਂ। ਬਾਪੂ ਨਿਰੁੱਤਰ ਹੋ ਗਿਆ, ਅੰਗਰੇਜ਼ ਦਾ ਖੂਨੀ ਇੰਜਣ ਆਉਣ ਵਾਲਾ ਹੈ। ਉਸ ਧਰਮਣ ਮਾਂ ਨੇ ਆਪਣੇ ਪੁੱਤਰ ਦੇ ਕੰਨਾਂ ਵਿੱਚ ਇੱਕ ਲੋਰੀ ਦਿੱਤੀ, ਦੇ ਕੇ ਲੋਰੀਆਂ ਲਾਡਲੇ ਲਾਲ ਤਾਈ, ਕਹਿੰਦੀ ਤੈਨੂੰ ਹੈ ਮੇਰੀ ਤਗੀਜ਼ ਬੱਚਾ, ਸ਼ਾਇਦ ਮੈਂ ਤੈਥੋਂ ਪਹਿਲਾਂ ਚਲੀ ਜਾਵਾਂ, ਤੂੰ ਖਾਤਰ ਵਤਨ ਦੀ ਹੋਈ ਸ਼ਹੀਦ ਬੱਚਾ, ਬਚਣਾ ਵਿਸ਼ੇ ਵਕਾਰਾਂ ਦੇ ਝੱਖੜਾਂ ਤੋਂ, ਰੱਖ ਤੇਗ ਬਹਾਦਰ ਦੀ ਦੀਦ ਬੱਚਾ, ਵੇ ਸੱਚਾ ਸੁੱਚਾ ਜਹਾਨ ਤੋਂ ਚਲਾ ਜਾਵੀਂ, ਸਿੱਖੀ ਸਿਦਕ ਲੈ ਬਾਣ ਫਰੀਦ ਬੱਚਾ। ਧਰਤੀ ਥਰ ਥਰ ਕਰਕੇ ਕੰਬਣ ਲੱਗੀ, ਅੰਗਰੇਜ਼ ਦਾ ਖੂਨੀ ਇੰਜਣ ਚੀਕਾਂ ਮਾਰਦਾ ਅੱਗੇ ਵਧਣ ਲੱਗਾ। ਜਦੋਂ ਪ੍ਰਤਾਪ ਸਿੰਘ ਤੇ ਕਰਮ ਸਿੰਘ ਦੀਆਂ ਦੇਹਾਂ ਨੂੰ ਪੀੜ ਕੇ
ਅੰਗਰੇਜ਼ ਦਾ ਖੂਨੀ ਇੰਜਣ ਅੱਗੇ ਲੰਘਣ ਲੱਗਾ। ਸਰਦਾਰ ਪ੍ਰਤਾਪ ਸਿੰਘ ਤੇ ਕਰਮ ਸਿੰਘ ਦੇ ਸੁੱਜੇ ਖੂਨ ਨੇ, ਸਰਦਾਰ ਪ੍ਰਤਾਪ ਸਿੰਘ ਤੇ ਕਰਮ ਸਿੰਘ ਦੀਆਂ ਪਵਿੱਤਰ ਹੱਡੀਆਂ ਨੇ 31 ਅਕਤੂਬਰ 1922 ਨੂੰ ਮੰਗਲਵਾਰ ਦੇ ਦਿਨ 9:45 ਵਜੇ ਹਸਨ ਅਬਦਾਸ ਸਟੇਸ਼ਨ ਉੱਤੇ ਅੰਗਰੇਜ਼ ਦੇ ਖੂਨੀ ਇੰਜਣ ਨੂੰ ਬੰਨ ਕੇ ਥੰਮ ਲਿਆ। ਖਾਲਸਾ ਰਬ ਖਾਲਸੇ ਨੇ ਕੀਤੀ ਗੁਰ ਤਰਨੀ ਅਰਜੋਈ, ਸਾਨੂੰ ਨਾ ਥੋਵਿਆਂ ਨੂੰ ਸਹਿਬਾ ਦਿਓ ਚਰਨਾਂ ਵਿੱਚ ਢੋਈ। ਲਾੜੇ ਕੁਰਬਾਨੀ ਨੇ ਬੱਤੇ ਆਰੇ ਭੁੱਖੇ ਤਿਹਾਏ, ਅੱਜ ਪੁੱਤਰ ਸ਼ੇਰਾਂ ਨੇ ਕੈਰਾਂ ਫੜ ਪਿੰਜਰੇ ਵਿੱਚ ਪਾਏ। ਇਹ ਧਨ ਕੁਰਬਾਨੀ ਹੈ ਹੁੰਦਿਆਂ ਬਲ ਜਰਾਨੀ ਬੜਕੇ, ਡਾਂਗਾਂ ਹੱਦ ਤੋੜ ਗਈਆਂ ਰੱਖੀ ਸ਼ਾਂਤਮਈ ਨਹੀਂ ਬੜਕੇ। ਆਹ
ਸਾਰੇ ਦੇ ਉੱਥੇ ਹੋ ਗਿਆ ਖੂਨੀ ਕਾਰਾ। ਪ੍ਰਤਾਪ ਕਰਮ ਸਿੰਘ ਦੀ ਛਾਤੀ ਫੇਰ ਗਿਆ ਇੰਜਣ ਭਾਰਾ। ਉਸ ਰੇਲ ਦੀ ਪੰਡੀ ਤੋਂ ਲਹੂ ਤੇ ਮਿੱਝ ਦੀਆਂ ਵਗਣ ਚਲਾਰਾ। ਠੱਲ ਰੇਲ ਦੂਲਿਆਂ ਲਈ ਤੁਰੀਆਂ ਕੁਰਬਾਨੀ ਦੀਆਂ ਵਾਰਾਂ। ਗੱਲ ਤੋੜ ਚੜਾ ਗਏ ਸਫਲੀ ਕਰਕੇ ਜਿੰਦ ਘੁਮਾ ਕੇ ਕਰ ਪਈਏ ਜਾਮ ਗਏ ਬੈਂਕੀਆ ਰੱਤ ਅਣਖ ਦੀ ਲਾ ਕੇ। ਜਿਹੜੀ ਕੌਮ ਕੋਲ ਸੁੱਚੀ ਰੱਤ ਹੋਵੇ, ਜਿਹੜੀ ਕੌਮ ਕੋਲ ਪਵਿੱਤਰ ਹੱਡੀ ਨਾ ਹੋਣ, ਉਹ ਵੱਡੇ ਵੱਡੇ ਮਸਲਿਆਂ ਨੂੰ ਵੱਡੇ ਵੱਡੇ ਮੋਰਚਿਆਂ ਨੂੰ ਜਿੱਤ ਲਿਆ ਕਰਦੀ। ਹੁਣ ਤੁਹਾਡੇ ਸਾਹਮਣੇ ਬਿਲਕੁਲ ਉਹ ਸੀਨ ਬੱਝ ਕੇ ਖਲੋ ਗਿਆ ਹੋ ਜਿਹੜੀ ਮੈਂ ਬਾਦਸ਼ਾਹ ਦੇ ਹਾਥੀ ਵਾਲੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ। ਡੇਢ ਘੰਟਾ ਗੱਡੀ ਉੱਥੇ ਰੁਕੀ ਰਹੀ, ਜ਼ਖਮੀਆਂ ਦਾ ਮਰਮ ਪੱਟੀ ਕੀਤਾ, ਲੰਗਰ ਛਕਾਇਆ ਗਿਆ। ਡੇਢ ਘੰਟੇ ਤੋਂ ਬਾਅਦ ਪ੍ਰਤਾਪ ਸਿੰਘ ਤੇ ਕਰਮ ਸਿੰਘ ਦੀਆਂ ਪਵਿੱਤਰ ਦੇਹਾਂ ਚੌਕੇ ਪਾਸੇ ਕੀਤੀਆਂ। ਅੰਗਰੇਜ਼ ਦਾ ਖੂਨੀ ਇੰਨਣ ਉਹਨਾਂ 750 ਫੱਟੜਾਂ ਨੂੰ ਲੈ ਕੇ ਅੜਗੜੀ ਜੇਲ੍ਹ ਵੱਲੇ ਚਲਿਆ ਗਿਆ। ਜਿਹੜਾ ਡਰਾਈਵਰ ਸੀ ਉਸ ਖੂਨੀ ਇੰਨਣ ਦਾ, ਉਹਦਾ ਨਾਮ ਸੀ ਮੀਆਂ ਅਸਮਾਇਲ ਖਾਂ। ਉਹਦੇ ਉੱਤੇ ਕੇਸ ਚੱਲਿਆ। ਅੰਗਰੇਜ਼ ਜੱਜ ਨੇ ਅਦਾਲਤ ਵਿੱਚ ਆਖਿਆ, ਉਹ ਮੀਆਂ ਅਸਮਾਇਲ ਖਾਂ, ਤੂੰ 1250 ਸਿੱਖਾਂ ਨੂੰ ਮਾਰ ਦਿੰਦਾ, ਪਰ ਇੰਜਣ ਨਹੀਂ ਸੀ ਰੋਕਣਾ ਚਾਹੀਦਾ। ਮੀਆਂ ਇਸਮਾਇਲ ਖਾਨ ਨੇ ਅੰਗਰੇਜ਼ ਦੀ ਅਦਾਲਤ ਵਿੱਚ ਜੱਜ ਦੇ ਸਾਹਮਣੇ ਖਲੋ ਕੇ ਆਖਿਆ, ਮੈਂ ਪੂਰੀ ਤਾਕਤ ਨਾਲ ਖੂਨੀ ਇੰਜਣ ਨੂੰ ਲਿਆਂਦਾ, ਪਰ ਦੋ ਜਥੇਦਾਰ ਛਾਤੀਆਂ ਡਾ ਕੇ ਮੂਰੇ ਬੈਠੇ ਸਨ, ਸਰਦਾਰ ਪ੍ਰਤਾਪ ਸਿੰਘ ਤੇ ਸਰਦਾਰ ਕਰਮ ਸਿੰਘ। ਜਦੋਂ ਉਹਨਾਂ ਦੀਆਂ ਪਵਿੱਤਰ ਦੇਹਾਂ ਨਾਲ ਮੇਰਾ ਇੰਜਣ ਟਕਰਾਇਆ, ਉਹ ਕਹਿੰਦਾ ਮੈਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਪੱਥਰ ਦੇ ਪਹਾੜ ਵਿੱਚ ਇੰਜਣ ਜਾ ਕੇ ਟਕਰਾ ਗਿਆ ਹੋਵੇ। ਡੇਢ ਘੰਟਾ ਡਰਾਈਵਰ ਵੀ ਜ਼ੋਰ ਲਾਉਂਦਾ ਰਿਹਾ, ਡੇਢ ਘੰਟਾ ਇੰਜੀਨੀਅਰ ਵੀ ਜ਼ੋਰ ਲਾਉਂਦਾ ਰਿਹਾ, ਉਹ ਇੰਜਣ ਮੁੜ ਕੇ ਸਟਾਰਟ ਨਹੀਂ ਸੀ ਹੋ ਸਕਿਆ। ਇਹ ਬਹਾਦਰ ਸਿੱਖਾਂ ਦੀ, ਸੱਚੇ ਸੁੱਚੇ ਸਿੱਖਾਂ ਦੀ, ਅੰਮ੍ਰਿਤਧਾਰੀ ਖਾਲਸੇ ਦੀ ਦਾਸਤਾਨ। ਦਾਸਤਾਨ ਪੜ੍ਹੋ, ਦਾਸਤਾਨ ਸੁਣੋ। ਉਹ ਕੌਮਾਂ ਭਵਿੱਖ ਵਿੱਚ ਚੰਗੀਆਂ ਕਰਦੀਆਂ ਨੇ ਜਿਹੜੀਆਂ ਆਪਣੇ ਵਿਰਸੇ ਨਾਲ ਜੁੜੀਆਂ ਰਹਿੰਦੀਆਂ ਨੇ। ਜਿਸਨੇ ਕੁਛ ਦਿਆ ਹੈ ਉਸ ਕੀ ਦਾਤ ਕੋ ਵੀ ਮਾਨੋ, ਜਿਨ ਕੇ ਪੁਰਬ ਮਨਾਤੇ ਹੋ ਉਨ ਕੀ ਬਾਤ ਕੋ ਵੀ ਮਾਨੋ। ਬੱਚਿਆਂ ਨੂੰ ਅਮੀਰ ਵਿਰਸੇ ਨਾਲ, ਸਿੱਖ ਵਿਰਸੇ ਨਾਲ ਜੋੜਿਆ ਜਾ ਰਿਹਾ। ਮੈਂ ਸਾਰੇ ਇਲਾਕੇ ਦਾ, ਨਗਰ ਨਿਵਾਸੀਆਂ ਦਾ, ਮਾਈ ਭਾਈ ਦਾ ਧੰਨਵਾਦ ਕਰਦਾ। ਜਥੇਦਾਰ ਨਰੰਗ ਸਿੰਘ ਸਾਹਿਬ ਹਰੀਆਂ ਵੇਲਾਂ ਵਾਲੇ, ਬਾਬਾ ਨਿਹਾਲ ਸਿੰਘ ਸਾਹਿਬ ਹਾਲੋਂ ਥਾਪੇ ਹੋਏ ਜਥੇਦਾਰ, ਨਿਵਾਜੇ ਹੋਏ ਜਥੇਦਾਰ, ਉਹ ਆਏ ਨੇ, ਉਹਨਾਂ ਨੂੰ ਜੀ ਆਇਆ ਕਹਿੰਦੇ। ਬਹੁਤ ਸਾਰੇ ਹੋਰ ਸਿੰਘ ਆਏ ਨੇ, ਉਹਨਾਂ ਦਾ ਧੰਨਵਾਦ। ਮੇਰੀ ਕੌਮ ਦਾ ਮਾਣ ਉਹਨਾਂ ਦਾ ਨਗਰ ਹੈ। ਮੈਂ ਇੱਕੋ ਗੱਲ ਕਹਾਂਗਾ ਕਿ ਤੁਹਾਡੇ ਨਗਰ ਦਾ ਨਾਂ ਸੰਸਾਰ ਪੱਧਰ ਉੱਤੇ ਸਰੂਪ ਸਿੰਘ ਕੜਿਆਣੇ ਨੇ ਚਮਕਾ ਦਿੱਤਾ। ਉਹ ਪੰਥ ਦਰਦੀ ਹੈ। ਬਹੁਤ ਸਾਰੇ ਸਾਡੇ ਜਥੇ ਢਾਡੀ ਦੇ ਕਮਿਸ਼ਨ ਜਥੇ ਬਿਜ਼ਨਸ ਕਰਨ ਵਾਸਤੇ ਮਾਰਕੀਟ ਵਿੱਚ ਆਏ, ਬਿਜ਼ਨਸ ਕਰਨ। ਸਰੂਪ ਸਿੰਘ ਕੜਿਆਲਾ ਪੰਥ ਦਾ ਉਹ ਢਾਡੀ ਹੈ ਜਿਹੜਾ ਬਿਜ਼ਨਸ ਕਰਨ ਵਾਸਤੇ ਨਹੀਂ ਆਇਆ, ਪੰਥ ਦਾ ਦਰਦ ਲੈ ਕੇ ਆਇਆ ਹੈ। ਔਰ ਜਿੱਥੇ ਵੀ ਕੋਈ ਪੰਥਕ ਮਸਲਾ ਹੁੰਦਾ ਡਟ ਕੇ ਖਲੋ ਜਾਂਦਾ। ਅਸੀਂ ਅਮਰੀਕਾ 'ਚ ਇਕੱਠੇ ਸਾਂ ਕੁਝ ਮਹੀਨੇ ਪਹਿਲਾਂ, ਉੱਥੇ ਕੋਈ ਮੇਰੇ ਤੇ ਮੁਸ਼ਕਲ ਬਣ ਗਈ ਤੇ ਮਰਦਾਂ ਵਾਂਗ ਛਾਤੀ ਡਾ ਕੇ ਮੇਰੇ ਨਾਲ ਖਲੋ ਗਏ। ਹੁਣ ਜੇ ਮੈਂ ਗੱਲ ਨਾ ਖੋਲੀ ਭਾਈ ਮੁਸ਼ਕਲ ਕੀ ਬਣ ਗਈ? ਤੁਸੀਂ ਸੋਚੋ ਕਿ ਸੁਲੱਖਣ ਸਿੰਘ ਨੇ ਪਤਾ ਨਹੀਂ ਕਿਹੜੀ ਗਲਤੀ ਕੀਤੀ ਸੀ ਜਿਹਦੇ ਕਰਕੇ ਇੱਥੇ ਮੁਸ਼ਕਲ ਬਣ ਗਈ। ਭਗਤ ਧੰਨਾ ਜੀ ਦਾ ਜਨਮ ਦਿਨ ਆ ਗਿਆ, ਉੱਥੇ ਸਾਡੇ ਕਥਾਵਾਚਕ ਸਾਹਿਬ ਉਹ ਇਹ ਤੇ ਗੱਲ ਕਰਨ ਕਿ ਧੰਨਾ ਪੱਥਰ ਨੂੰ ਰੋਟੀ ਲੀ ਕੇ ਬਹਿ ਗਿਆ, ਉਹਨੂੰ ਧੂਫ ਦਿੰਦਾ ਹੈ,
ਤੇ ਬਾਣੀ ਵਾਲੀ ਗੱਲ ਨਾ ਛੇੜਨ ਮੈਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਸਰਦਾਰ ਭੁਪਿੰਦਰ ਸਿੰਘ ਕਹਿੰਦੇ ਸਲੱਖਣ ਸਾਹਿਬ ਇਹਦੇ ਬਾਰੇ ਗੁਰਮਤ ਵੀ ਕਹਿੰਦੀ ਤੇ ਜਾਣਦਾ ਦੱਸਣਾ। ਮੈਂ ਸਟੇਜ ਤੋਂ ਬੇਨਤੀ ਕੀਤੀ ਭਾਈ ਸਿੱਖ ਨੇ ਜੋ ਵੀ ਕੰਮ ਕਰਨਾ ਗੁਰੂ ਨੂੰ ਪੁੱਛ ਕੇ ਕਰਨਾ, ਆਪਾਂ ਗੁਰੂ ਸਾਹਿਬ ਕੋਲੋਂ ਪੁੱਛ ਲਈਏ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਤੋਂ ਪੁੱਛ ਲਈਏ, ਗੁਰਦੇਵ ਕੀ ਤੁਸੀਂ ਪੱਥਰਾਂ ਦੀ ਪੂਜਾ ਦੀ ਇਜਾਜ਼ਤ ਦਿੰਦੇ ਹੋ। ਮੈਂ ਬੇਨਤੀ ਕੀਤੀ, ਮੇਰਾ ਨਾਨਕ ਪਾਤਸ਼ਾਹ ਮਹਾਰਾਜ ਕਹਿੰਦਾ ਪਾਥਰ ਲੈ ਪੂਜਾ ਮੁਗਧ ਗੁਆਰ, ਪੱਥਰਾਂ ਦੀ ਪੂਜਾ ਕਰਨ ਵਾਲੇ ਮੁਗਧ ਤੇ ਗੁਆਰ। ਮੈਂ ਬੇਨਤੀ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ, ਬੇਨਤੀ ਕਰਦੇ ਭਾਈ ਗੁਰੂ ਜੀ ਤੁਸੀਂ ਸਾਨੂੰ ਸਮਝਾ ਦਿਓ, ਕਿਉਂਕਿ ਧੰਨੇ ਭਗਤ ਨਾਲ ਇਹ ਗੱਲ ਜੋੜੀ ਗਈ ਆ, ਪੰਡਿਤ ਨੇ ਜੋੜੀ ਆ ਵੀ ਪੱਥਰਾਂ ਦੀ ਪੂਜਾ ਕਰਦਾ। ਮੈਂ ਬੇਨਤੀ ਕੀਤੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਪੱਥਰਾਂ ਦੀ ਦੇਵੀ ਦੇਵਾ ਪੂਜੀ ਆ ਭਾਈ, ਕਿਆ ਮੰਗੋ ਕਿਆ ਦੇਹ ਪਾਉਣ ਨੀਰ ਪਖਾਲੀ ਆ ਭਾਈ। ਚੱਲ ਮੈਂ ਬੁੱਢੋ ਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਮੈਂ ਕਿਹਾ ਬੇਨਤੀ ਕਰ ਲਈ ਵੀ ਗੁਰੂ ਸਾਹਿਬ ਜੀ ਤੁਸੀਂ ਕੀ ਕਹਿੰਦੇ ਹੋ। ਮੈਂ ਬੇਨਤੀ ਕੀਤੀ ਵੀ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਕੋਉ ਬਤਾਨ ਕੋ ਪੂਜਤ ਹੈ ਬਸ ਕੋਉ ਮਰਤਾਨ ਕੋ ਪੂਜਨ ਤਾਇਓ, ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਜ ਨਾ ਪਾਉਂਦਾ। ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਪੱਥਰਾਂ ਦੇ ਬੁੱਤਾਂ ਦੀ ਪੂਜਾ ਕਰਨ ਵਾਲੇ ਲੋਕ ਉਰੇ ਉਰੇ ਉਲਝੇ ਰਹਿੰਦੇ ਆ, ਇਹ ਪਰਮਾਤਮਾ ਦਾ ਭੇਦ ਨਹੀਂ ਪਾ ਸਕਦੇ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਸ਼ਿਪਰੋ ਹੋਇਓ ਲਖੀਣਾ, ਇਹ ਵੱਡਾ ਸ਼ਬਦ ਹੈ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਅਖੀਰਲੀ ਪੰਕਤੀ ਵਿੱਚ ਕਹਿੰਦੇ ਇਹ ਵਿਦ ਸੁਣ ਕੇ ਜੱਟ ਰੋਠ ਭਗਤੀ ਲਾਗਾ, ਨਲਾ ਪ੍ਰਤੱਖ ਗਸਈਆ ਧੰਨਾ ਵਡ ਭਾਗਾ। ਇਸ ਗੱਲ ਤੋਂ ਇੱਕ ਬੰਦਾ ਇੰਨਾ ਗੁੱਸਾ ਕਰ ਗਿਆ, ਉਹਨੇ ਸਾਰੀ ਰਿਕਾਰਡਿੰਗ ਕਰ ਲਈ, ਉਹ ਮੇਰੇ ਨਾਲ ਵੈਰ ਹੀ ਪੈ ਗਿਆ ਵੀ ਤੂੰ ਇਹ ਗੱਲ ਕਿਉਂ ਕੀਤੀ ਆ, ਗੁਰਮਤ ਦੀ ਇਹ ਨਹੀਂ ਸੀ ਕਰਨੀ ਚਾਹੀਦੀ। ਬੜੇ ਬੜੇ ਬੰਦੇ ਉੱਥੋਂ ਭੱਜ ਗਏ, ਪਰ ਸਰੂਪ ਸੋ ਸ਼ਾਦੀ ਤਾਣ ਕੇ ਮੇਰੇ ਨਾਲ ਖਲੋ ਗਿਆ ਉੱਥੇ। ਮੈਂ ਇਸ ਵਾਸਤੇ ਇਸ ਵੀਰ ਦਾ ਸਤਿਕਾਰ ਕਰਦਾ ਕਿ ਇਹਦੇ ਅੰਦਰ ਪੰਥ ਦਾ ਦਰਦ ਹੈ। ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰੇ, ਤੰਦਰੁਸਤੀ ਦਾਤ ਬਖਸ਼ੇ, ਵਡੇਰੀ ਉਮਰ ਕਰੇ। ਉਹਨਾਂ ਦੇ ਚੰਗੇ ਸਾਥੀ ਹਰਦੀਪ ਸਿੰਘ ਸਰੰਗੀ ਮਾਸਟਰ, ਲਖਬੀਰ ਸਿੰਘ ਦੀ, ਢਾਡੀ ਰਿਸ਼ਪਾਲ ਸਿੰਘ ਦੀ, ਸਾਰੇ ਪਿਆਰ ਵਾਲੇ ਨੇ, ਸਾਰੇ ਪੰਥ ਦਰਦ ਵਾਲੇ। ਜੇ ਇਕੱਲਾ ਬੰਦਾ ਕੋਈ ਵੀ ਕਾਮਯਾਬ ਹੋ ਸਕਦਾ ਜੇ ਉਹਦੇ ਪਿੱਠ ਤੇ ਕੋਈ ਨਾ ਹੋਵੇ, ਜਦੋਂ ਲੰਮਾ ਸਮਾਂ ਜਿੱਥੇ ਇਕੱਠੇ ਰਹਿੰਦੇ ਆ ਨਾ, ਫਿਰ ਉਹਨਾਂ ਦੀ ਸੋਚ ਇੱਕੋ ਜਾਂਦੀ, ਫਿਰ ਉਹਨਾਂ ਦੀ ਵਿਚਾਰ ਹੋ ਜਾਂਦੇ ਇੱਕੋ ਜਾਂਦੇ। ਸਾਨੂੰ 22 ਸਾਲ ਹੋ ਗਏ ਇਕੱਠਿਆਂ ਨੂੰ, ਗਿਆਨੀ ਸਰੂਪ ਸਿੰਘ ਕੜਿਆਣਾ ਤੇ ਉਹਨਾਂ ਦੇ ਸਾਥੀਆਂ ਨੂੰ 14 ਸਾਲ ਹੋ ਗਏ, ਉਹ 20 ਮੁਲਕਾਂ ਵਿੱਚ ਚਾਰੇ ਜਾਣੇ ਇਕੱਠੇ ਗਏ ਨੇ। ਮੈਂ ਅਰਦਾਸ ਕਰਦਾ ਉਹਨਾਂ ਦਾ ਕਾਠ ਇਸੇ ਤਰ੍ਹਾਂ ਨਿਭਦਾ ਰਹੇ। ਇਹ ਵੀ ਅਰਦਾਸ ਕਰਦਾ ਕਿ ਤੁਸੀਂ ਹਮੇਸ਼ਾ ਆਪਣੀ ਕੌਮ ਦੇ ਭਵਿੱਖ ਨੂੰ, ਬੱਚਿਆਂ ਨੂੰ ਸਾਂਭ ਕੇ ਗੁਰਮਤ ਨਾਲ ਜੋੜਦੇ ਰਹੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਸਾਡੇ ਕੋਲੋਂ ਬੋਲਦਿਆਂ ਕੋਈ ਅਜੋਕ ਸ਼ਬਦ ਵਰਤਿਆ ਗਿਆ ਹੋਵੇ, ਖਿਮਾ ਦੇ ਜਾਜਕ ਮੇਰਾ ਸਾਥ ਦੇ ਰਹੇ ਸਨ ਹਰਦੀਪ ਸਿੰਘ ਚੀਮਾ, ਮੱਖਣ ਸਿੰਘ ਦਸ਼ਮੇਸ਼ ਨਗਰੀਆ ਤੇ ਕਸ਼ਮੀਰ ਸਿੰਘ ਕੋਮਲ। ਐਡਰੈਸ ਛਪਿਆ ਹੋਇਆ, ਜੇ ਚਾਹੀਦਾ ਹੋਵੇ ਤੇ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਆਓ, ਅੱਜ ਦੇ ਜੀਵਨ ਵਿੱਚ ਹੋਈਆਂ ਗਲਤੀਆਂ ਭੁੱਲਾਂ ਦੀ ਮੈਂ ਆਪ ਸੰਗਤ ਕੋਲੋਂ ਖਿਮਾ ਮੰਗਦਾ। ਅੰਮ੍ਰਿਤ ਸੰਚਾਰ ਦਾ ਸਮਾਂ ਇੱਕ ਵਾਰ ਮੈਂ ਫਿਰ ਦੱਸ ਦੇਵਾਂ ਕਿ ਕੱਲ ਨੂੰ ਠੀਕ 10 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ। ਪੰਜ ਪਿਆਰੇ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁੱਜ ਰਹੇ ਨੇ। ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜਿਹਨਾਂ ਦਾ ਮਨ ਨਹੀਂ ਬਣਿਆ ਭਾਈ, ਉਹ ਆਪਣਾ ਮਨ ਜ਼ਰੂਰ ਬਣਾਓ। ਗੁਰੂ ਦਾਤਾ ਜੀ ਦੇ ਘਰ ਦੀ ਇਹ ਰੀਤ ਹੈ ਕਿ ਨਿਗੁਰੇ ਕਾ ਹੈ ਨਾ ਬੁਰਾ, ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ ਉਹ ਆਪਣੇ
ਆਪਣੇ ਸਰੀਰ ਤੋਂ ਆਪਣੇ ਨਾਮ ਤੋਂ ਨਿਗੁਰੇਪਨ ਦੀ ਰੂਹ ਉਤਾਰ ਲੈਂਦਾ ਹੈ। ਆਓ ਆਪਾਂ ਗੁਰੂ ਵਾਲੇ ਬਣੀਏ। ਸਤਿਕਾਰਯੋਗ ਗਿਆਨੀ ਪ੍ਰੀਤਮ ਸਿੰਘ ਹੋਣਾ ਦਾ, ਸਾਡੇ ਨਗਰ ਦੇ ਗ੍ਰੰਥੀ ਸਾਹਿਬਾਨ ਗਿਆਨੀ ਜਸਵਿੰਦਰ ਸਿੰਘ ਹੋਣਾ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਅੱਜ ਦੇ ਦੀਵਾਨ ਅੰਦਰ ਜੇ ਕੋਈ ਸਾਡੇ ਵੱਲੋਂ ਜਾਣੇ ਅਣਜਾਣੇ ਕੋਈ ਪਿਛੜਿਆ ਗਿਆ ਹੋਵੇ, ਉਸ ਗੱਲ ਦੀ ਆਪ ਸਾਰੀ ਸੰਗਤ ਕੋਲੋਂ ਖਿਮਾ ਮੰਗਦੇ ਹਾਂ। ਗੱਜ ਵੱਜ ਕੇ ਬੰਦੇ ਬੁਲਾਓ। ਵਾਹਿ ਵਾਹਿਗੁਰੂ ਜੀ ਕੀ ਫਤਿਹ। ਸੰਗਤ ਨੂੰ ਹੋਰ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਵਾਰਾ ਜਦੋਂ ਜਾਏਗਾ, ਕਿਰਪਾ ਕਰਕੇ ਦੋ ਚਾਰ ਮਿੰਟ ਦਾ ਸਮਾਂ ਹੈ ਉਨੀ ਦੇਰ ਤੱਕ ਇਸੇ ਤਰ੍ਹਾਂ ਸਜੇ ਰਹਿਣ ਦੀ ਕਿਰਪਾਲਤਾ ਕਰਿਓ। ਗੁਰੂ ਸਾਹਿਬ ਦੇ ਨਾਲ ਆਪਾਂ ਸਾਰਿਆਂ ਨੇ ਬਾਅਦ ਵਿੱਚ ਚਾਲਾ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕਿਸੇ ਵੀਰ ਭੈਣ ਦੇ ਕੋਲੋਂ ਇਹ ਟੋਕਨ ਡਿੱਗਿਆ, ਉਹ ਆ ਕੇ ਸਟੇਜ ਤੋਂ ਲੈ ਸਕਦਾ। ਸਤ ਸੰਗਤ ਕੜਾ ਪ੍ਰਸ਼ਾਦੀ ਦੇਖ ਜ਼ਰੂਰ ਲੈ ਕੇ ਲੈ ਆਓ। ਗੁਰੂ ਦਾ ਲੰਗਰ ਚੱਲ ਰਿਹਾ, ਜੇ ਕਿਸੇ ਨੇ ਪ੍ਰਸ਼ਾਦਾ ਨਹੀਂ ਛਕਿਆ ਪ੍ਰਸ਼ਾਦਾ ਜ਼ਰੂਰ ਛਕ ਕੇ ਲੈ ਆਓ। ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।